ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ موسی ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ موسیਵਾਲੇ ਦੀ ਆਵਾਜ਼ ਜਦੋਂ ਪਰਸੋ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨਪੇਟ ਕੀਤਾ ਜਾਣਾ ਆ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਆ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਣੀ ਜਾਣਕਾਰੀ ਰੱਖਦੇ ਆ ਕੁਝ ਗੱਲਾਂ-ਬਾਤਾਂ ਕਰਾਂਗੇ ਸ਼ੁਭਦੀਪ ਦੇ ਵਾਰੇ ਕਿੰਦਾ ਦਾ ਉਹਦਾ ਸੁਹਾਸ ਸੀ ਤਾਂ ਕਿੰਦਾ ਦਾ ਉਸ ਜਿਹੜੋ ਕਾਈ ਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇ ਵਾਲਾ ਕਰਕੇ ਚੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਹਜੇ ਨਾ ਚਮਕਾਇਆਗਾ ساری ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜਿਹੜਾਈ ਹੈ ਜੀ ਮੂਸੇ ਦੀ ਬਸ ਅੱਜ ਦੂਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਅਲੋਪ ਹੋ ਗਿਆ ਮੂਸਾ ਬਸ ਉਹਦੇ ਕਰਕੇ ਜਿਹੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫੇਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੋ ਸ਼ਰਾਰਤਾਂ ਵੀ ਕਰਦਾ ਹੋਊਗਾ ਬਸ ਹਾਂ ਜੀ ਹਾਂ ਬਸ ਉਹ ਦਣੀ ਕੇ ਛੋਟਾ ਹੁੰਦਾ ਬਾਹਰ ਪਾੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੇ ਪੜ੍ਹਾਈ ਕਰਕੇ ਲਾਲਾ ਵੀ ਬਾਹਰ ਵਸ ਥੋੜੀ ਛੋਟੀ ਉਮਰ ਚ ਹੀ ਗਾਇਕੀ 'ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਹੋਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦਾ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਵਾਰ ਪਰਾਨਾ ਪਰਵਾਰ ਨੇ ਦਾ ਸਰਪੰਚ ਸੀਗਾ ਇਹ ਦੋਨਾਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘਟੋ ਘਟ 50 ਕਿੱਲਿਆਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮੈਂ ਤਾਂ ਅਮੀਨਾ ਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ। ਬੰਦਾ ਜਿਵੇਂ ਇਹ ਸੁਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈਏ 6 ਸਾਲ ਦੀ ਗੱਲ ਹੈ ਸਾਰੀ। ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਤਰੱਕੀ ਕੀਤੀ, ਗਾਣਾ ਕੱਢਿਆ। ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹ ਦੂੰ। ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ। ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਨੱਕ ਹੋਏਗਾ। ਸੀ ਮਤਲਬ ਮौजਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸ਼ੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਿਹਾ ਹੁੰਦਾ ਸੀ ਰੋਜ਼ ਕੀ ਉਹਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚੱਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਵੈਟ ਵਾਲਾ ਖੇਡਣ ਆਉਂਦਾ ਰਹਿੰਦਾ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਵੈਟ ਵਾਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਓਗਾ। ਜਾਂਡੀ ਗਵਾਂਡੀ ਯਾਰ ਘੂਰ ਨਾ ਦੇਣ ਵਿੱਚ ਖਰਦੋ ਕਿ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚ ਵਜਦੀ। ਬੜਾ ਵਧੀਆ ਸੀਗਾ ਜੀ। ਹਮ ਅਸੀਂ ਮੌਜਾਂ ਪਿੰਡ ਕਰਦਾ ਸੀ ਦੇ ਸਿਰ ਤੇ ਹੀ ਸਾਡਾ। ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ। ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਆਦਰਮਾਨ ਹੋ ਕਰਦੇ ਹੁੰਦਾ ਸੀਗਾ ਜੀ। ਬਹੁਤ ਵਧੀਆ ਸਭਾ ਸੀ ਜੀ। ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋ। ਜਾਂ ਵੀ ਕਿਸੇ ਦੇ ਰੋਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਰੇਗ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਖੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾ ਵਿੱਚ ਵੱਖਾ ਮੰਗੂ ਲੱਗਦਾ ਸੀ ਜੀ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਹਾਂਜੀ ਆ ਬੋਟਾ ਬੋਟਾ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮਿਲ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਦੀ ਉਹਨਾਂ ਦੇ ਲੜਕੇ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇੱਕ ਦਾ ਸ਼ਬਦ ਦਾ ਡੈਡੀ ਵੀ ਨੌਕਰੀ ਕਰਦਾ ਹਾਂਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ ਅਸੀਂ ਇਕੱਠੇ ਹੀ ਪੜਿਆ ਜੀ ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲ ਜਾਂ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ ਹਾਂਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ ਹਾਂਜੀ ਬਸ ਆ ਹੋਇਆ ਜੀ ਮਾਤਾ ਜੀ ਕਾ ਟੀਚਰ ਸਗੇ ਜੇ ਕੀ ਸਗੇ ਇਹ ਪ੍ਰਾਈਵੇਟਿਚ ਪੜਾਉਂਦੇ ਸਾਡੇ ਜਵਾਕ ਨੂੰ ਪੜਾਉਂਦੇ ਰਹੇ ਸੀ ਹਾਂਜੀ ਹਾਂਜੀ ਪਿੰਡ ਚ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਹੀ ਕੋਲ ਨੇ ਸੀ ਦੁਬਾਰਾ ਹਾਂਜੀ ਪੜਾਉਂਦੇ ਰਹੇ ਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੇ ਆ ਵੀ ਹੁਣ ਕਮੀ ਕੋਈ ਨਹੀਂ ਜੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ 'ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲੇ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵੇਚ-ਵੇਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਿਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂਜੀ ਪਰਵਾਹ ਨਰਮਾ ਸਾਰਾ ਜੀ ਹਾਂ ਪਰਵਾਹ ਚ ਕੋਈ ਹੋਣੀ ਜੀ ਬੀ ਇਲਾਕਾ ਡਾਟ ਹੋਵੇ ਕਿਸੇ ਨਾਲ ਜਾਂ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ ਹਾਂਜੀ ਤਾਂ ਇਹ ਦੁਨੀਆ ਉਹਦੀ ਸੀ ਘਰੇ ਜੀ ਫਿਰ ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਆਲਾ ਕਿਹੜਾ ਬਾਈ ਹਾਂਜੀ ਉਸ ਆ ਗੱਲੇ ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ ਹਾਂਜੀ ਸਾਰੇ ਸਕੂਲਾਂ ਦੇ ਗਰਾਊਂਡ ਬਣੀਆਂ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ ਉਹ ਬੰਦਾ ਮੇਰੇ ਕੰਦਾ ਜਿੰਨੇ ਧੂਰੇ ਕੰਮ ਸੀ ਹਾਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੇ ਸਕੂਲ ਚ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੀਵਾਰੀਆਂ ਬਣਾਈਆਂ ਪੰਜਾਹ ਦੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੇ ਪਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਇਸ ਕਰਕੇ ਜਾਦੇ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵ ਸੀ ਸਾਡੇ ਕੋਲ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਬਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾ ਹੁੰਦੇ ਖੇਡਣ ਬਗ ਜਾਂਦੇ ਜਾਂ ਹੋਰ ਵਾਰ ਜਾਂਦੇ ਗੱਲਾਂ ਬਾਤਾਂ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜ ਕੇ ਹੁੰਦੇ ਚੜਾ ਗਾ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇਥੋਂ ਲੰਘਦਾ ਜਾਂਦਾ ਬੁਲਾ ਕੇ ਜਾਂਦਾ ਪੁੜੇ ਇਥੇ ਮੁੰਡੇ ਕੋਲ ਖੇਡਣਾ ਆਉਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਹੋਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਰਿਹਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਚੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੁਣ ਬਜ਼ੁਰਗਾਂ ਦਾ ਦੇਖਿਆ ਹੁਣ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦੇਣਾ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਭੀੜ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਿੰਦ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ ਮਾਰਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਾਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲ ਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅੰਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਹਾਂ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖਦੇ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਹੈ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਹੈ ਜੀ ਮੂਸੇ ਦੀ ਬਸ ਅੱਜ ਦੁਬਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਣੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਹੂੰ ਐ ਵੀ ਫੇਰ ਵੀ ਰਿਹਾ ਐ ਨਿਕਾ ਹੁੰਦਾ ਹੀ ਰਿਹਾ ਬਸ ਯਾਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗੈਕੀ ਚ ਪੈ ਗਿਆ ਬਾਹਰ ਵਾ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਹੋਣਾ ਨਾ ਮੂਸੇ ਦਾ ਨਾਮ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਬਈ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਇਹਦਾ ਸਰਪੰਚ ਸੀਗਾ ਇਹ ਦੋਨਾਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪਰਮਾਤਮਾ ਨੇ ਅੱਜ ਘੱਟੋ ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈਏ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਛ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦਵਾਂ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅਨੱਕ ਹੋਏਗਾ ਹਾਂ ਅਸੀਂ ਮਤਲਬ ਮੌਜਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਹਿ ਜਾਂਦਾ ਸੀ ਰੋਜ਼ ਯੋ ਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਣਾ ਕਰ ਰਹੇ ਸੀ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਯਾਂਡੀ ਗਵਾਂਡੀ ਯਾਰ ਘੂਰਨਾ ਦਿਨ ਵਿੱਚ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਕਸ ਜਿਦ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸੁਭਾਅ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋਂ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅਰਦਾਸ ਵਿੱਚ ਆਖਾ ਮੰਗੂ ਲਾਵਾ ਸੀ ਜੀ ਅਗਲ ਤਾਂ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਆਹ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੇਲਾ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ਬਦ ਦਾ ਡੈਡੀ ਵੀ ਨਾ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ। ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ। ਬਸ ਆਹ ਹੋਇਆ। ਇਹ ਮਾਤਾ ਜੀ ਕਿ ਟੀਚਰ ਸਕੇ ਜਾਂ ਕੀ ਸਕੇ? ਇਹ ਪ੍ਰਾਈਵੇਟ ਟੀਚਰਸ ਪੜਾਉਂਦੇ ਸਾਡੇ ਜਵਾਕਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ। ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਘਰੇ ਵੀ ਕੋਲ ਨੇ ਸੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ। ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ 'ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣ ਜੀ। ਵਿਲਾਗ ਡਾਟ ਹੋਵੇ ਕਿਸੇ ਨਾਲ ਜਾਂ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ? ਹਾਂਜੀ। ਅਸਾਂ ਗੱਲੇ। ਕਿ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਹਰ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋਣਗੀਆਂ ਸਾਰਾ ਜਿਲ੍ਹਾ। ਟੋਬੇ ਦਾ ਮੇਰੇ ਕੰਦਾ ਜਿੰਨੇ ਦੂਰੇ ਕੰਮ ਸੀ। ਹਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੇ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਹ ਰੇ ਡੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲਾ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜ਼ਿਆਦਾ ਜਾਣਦੇ ਸੀ ਉਹ ਪਿੰਉ ਇਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਧਰ ਹੀ ਦਿਨੇ ਬਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਭ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗ ਜਾਂਦੇ ਜਾਂ ਹੋਰ ਵਾਰੀ ਜਾਂਦੇ ਐ ਗੱਲਾਂ ਬਾਤਾਂ ਕਰਦੇ ਐ ਕਰਕੇ ਜਾਣਦੇ ਸੀ ਆਉਂਦੇ ਹੁੰਦੇ ਨਾਲ ਵੀ ਚੜਕੇ ਆਉਂਦੇ ਚੜਾਹ ਵੀ ਲੈਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਤਰਨ ਪਹਿਲਾਂ ਵਰਗੇ ਸੀ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਲੰਘਦਾ ਜਾਂਦਾ ਪਲਾ ਕੇ ਜਾਂਦਾ ਕੁੜੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਔਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਛੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀ ਸੁਣਾ ਦਿਆਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪ੍ਰਿੰਟ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੈਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਐਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸ਼ੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰसों ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨਪੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖਦੇ ਬਾ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਮ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਅੱਜ ਦਵਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਬਸ ਉਹਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ બસ હાਈ ہاں ਬਸ ਉਹ ਡਾਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਹੂੰ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਜਦ ਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਆਉਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜੀਮੇਦਾਰ ਬਰਾਦਰੀ ਕੋ ਜਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਦੇ ਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੇ ਕਣਕ ਆਪਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਿਆਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਉਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦਵਾਂ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੁੱਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਹਾਂ ਸੀ ਮਤਲਬ ਮੌਜਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਅ ਐ ਚੱਲਦਾ ਸੀ ਮੇਲਾ ਲੱਗ ਰਹਿਦਾ ਸੀ ਰੋਜ਼ ਇਹ ਉਹਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਵੈਟਵੱਲਾ ਖੇਡਣ ਵਾਲਾ ਰਹਿੰਦਾ ਸੀ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਵੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਯਾਂਡੀ ਗਵਾਂਡੀ ਯਾਰ ਘੂਰ ਨਾ ਦੇਣ ਵਿੱਚ ਖਰਦੋ ਕਰੇ ਚੁੱਲੇ ਚੌਂਕੇ ਚ ਵਾਜਦੀ ਜਾਂ ਸਮੋ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸੁਭਾਅ ਸੀ ਜੀ ਪਹਿਲਾਂ ਤਾਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾ ਵਿੱਚ ਆਖਾ ਮੰਗੂ ਲਾਵਾ ਸੀ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਆਨ ਯਾ ਮੋਟਾ ਮੋਟਾ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਲ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ੁਭਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆ ਹੋਇਆ। ਮਾਤਾ ਜੀ ਕਿ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚ ਪੜਾਉਂਦੇ ਸਾਰੇ ਜਿਵੱਖਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਸੀ ਦਵਾ ਦਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹ ਦੀਏ ਵੀ ਹੁਣ ਕਮੀ ਕੋਈ ਨਹੀਂ। ਮੇਰੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਜਿਹਦੀ ਚੜਤ ਹੋ ਗਈ ਜੀ ਹਾਂਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਨਹੀਂ ਬੀ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਬੈਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ। ਹਾਂਜੀ। ਉਹ ਸਾਰਾ ਗੱਲ ਇਹ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ ਟੋਬੇ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ। ਹਰੇ ਜੀ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਹ ਦੇਹਰਾ ਪੈਸਾ ਲਾਜੀ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਐਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਭੱਜ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਦੇ ਮਗਰ ਜਾਂਦੇ ਜਾਂ ਹੋਰ ਵਾਰ ਜਾਂਦੇ ਹੈਂ ਗੱਲਾਂ ਬਾਤਾਂ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜ ਕੇ ਹੁੰਦੇ ਝੜਾ ਵੀ ਲੈਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਵਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਸੀ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਹੀ ਲੰਘਦਾ ਜਾਂਦਾ ਬਲਾ ਕੇ ਜਾਂਦਾ ਪੁੜੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਨ ਦਾ ਹੋਰ ਬਹੁਤ ਵਧੀਆ ਅੱਛਾ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲ ਦੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਉ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਏ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਛੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੁਣ ਬਜ਼ੁਰਗਾਂ ਦਾ ਦੇਖਿਆ ਹੁਣ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਲਵਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਨਹੀਂ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦੇਣਾ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਇੱਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਾਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤਾਂ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਕਾਈਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖਦੇ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਮ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਅਜ ਦੁਆਲ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਲੜਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡੇ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੀ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਹੀ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਆਉਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਵਾਰ ਪੁਰਾਣਾ ਪਰਵਾਰ ਇਹਦਾ ਸਰਪੰਚ ਸੀਗਾ ਇਹ ਦੋਨਾਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੈਂ ਕਣਕ ਆਬ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕੀਤੀ ਸੀ ਤੇ ਪ੍ਰਮਾਤਮਾ ਨੇ ਅੱਜ ਘਟੋ ਘਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਉਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਚੇ ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਯਾਰ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅਨੱਕ ਹੋਏਗਾ ਸੀ ਮਤਲ ਮौजਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸ਼ੁਭਦੀਪ ਦੇ ਨਾਂ ਤੇ ਮਤਲਾਂ ਇਹ ਚੱਲਦਾ ਸੀ ਮੇਲਾ ਲੱਗ ਰਿਹਾ ਹੁੰਦਾ ਸੀ ਰੋਜ਼ ਯੋ ਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟ ਵੱਲਾ ਖੇਡ ਰਹੇ ਹੋਏ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟ ਵੱਲਾ ਖੇਡਦੇ ਨੇ ਤੋਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂਂਡੀ ਗਵਾਂਡੀ ਯਾਰ ਘੂਰ ਨਾ ਦੇਣ ਵਿੱਚ ਖੱਦੋ ਕਿਸੇ ਚੁੱਲੇ ਚੌਂਕੇ ਜਬਾਈ ਦੀ ਜਾਂ ਸਮੋਖਸ ਜੀ ਬੜ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਅਹੀ ਤਾਂ ਗੱਲ ਹੀ ਨਹੀਂ ਪਿੰਡ 'ਚ ਉਹ ਜਾਂ ਵੀ ਕਿਸੇ ਦੇ ਰੋਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਕੀੜ ਕੇ ਜਾਂਦਾ ਤੇ ਸਾਡੇ ਦਾ ਜੀ ਅਰਦਾਵ ਦੇ ਜਵਾਖਾ ਵਾਂਗੂੰ ਲੱਗਦਾ ਸੀ ਅਗਲ ਤਾਂ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ 'ਚ ਖੜ ਕੇ ਜਾਂਦਾ ਜੀ ਹਰੇਕ 'ਚ ਆ ਨਾ ਮੋਟਾ-ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਲ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਆਮ ਨਾਲ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ਬਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆਹ ਹੋਇਆ ਜੀ। ਇਹ ਮਾਤਾ ਜੀ ਕਿ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚੇ ਸਿਖ ਪੜਾਉਂਦੇ ਸਾਡੇ ਜਵਾਂਖ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਜੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਅਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ। ਜੇ ਕਿ ਸਿੱਧੂ ਮੂਸੇਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇਵਾਲਾ ਦੇ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੁੱਧ ਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਨਹੀਂ ਵੀ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਲ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ? ਹਾਂਜੀ। ਉਹ ਸਾਰਾ ਗੱਲ ਇਹ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਹਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਟੋਬਾ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ। ਹਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਇਹ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪਿਆ ਨੇ ਥੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਅ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿਦਾਂ ਦਾ ਪਰਿਵਾਰ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਐਸ ਕਰਕੇ ਜਾਨਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਟਡ ਡਰਾਈਵ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਬਗ ਜਾਂਦੇ ਰਾਤ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਟਡ ਦੇ ਜਾਂ ਹੁੰਦੇ ਖੇਡਣ ਮਗ ਜਾਂਦੇ ਜਾਂ ਹੋਰ ਵਾਰ ਗੰਦੇ ਐ ਗੱਲਬਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਹੁੰਦੇ ਚੜਾ ਗਾ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇੱਥੇ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇੱਥੇ ਲੰਘਦਾ ਜਾਂਦਾ ਬਲਾ ਕੇ ਜਾਂਦਾ ਕੁੜੇ ਇੱਥੇ ਮੁੰਡੇ ਕੋਲ ਖੇਡਣਾ ਆਉਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਹੋਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਰਿਹਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆ ਬਰਾਬਰ ਰੋਕ ਕੇ ਚਲਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਮਨ ਦਾ ਵੀ ਇੱਕ ਬਲਬਲਾਉ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਐ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਛੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦੇਣਾ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ ਮਾਰਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਛੋਟੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸੋਬਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤਾਂ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਣਿਕ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਿਹ ਦੁੱਖ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਇਹਦੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਐਦੂ ਵਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਏਦਾਂ ਫੇਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਣੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੀ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਾ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਹੋਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿੰਮੇਵਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਬੇਚਾਰਾ ਨਾਲ ਮਿਲ ਕੇ ਪਰਵਾਰ ਪੁਰਾਣਾ ਪਰਵਾਰ ਨੇ ਸਰਪੰਚ ਸੀਗਾ ਇਹ ਦੋਨਾਂ ਬੰਦਿਆਂ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੈਂ ਕਣਕ ਆਪਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕੀਤੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਭਰਾਲੇ ਨਾਲ ਹਿੰਮਤ ਨਾ ਬਣਾਈ ਜਾਈਏ ਮਤਲਬ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵਧ ਗਿਆ ਅਸਲ ਤਾਂ ਪੰਜਾਬ ਦਾ ਤੇ ਯਾਰ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਹਾਂ ਅਸੀਂ ਮਤਲਬ ਮौजਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਿਹਾ ਹੁੰਦਾ ਸੀ ਰੋਜ਼ ਯੋਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟ ਵੱਲਾ ਖੇਡਣ ਨੂੰ ਰਹਿੰਦੇ ਐ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟ ਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂਂਡੀ ਗਵਾਂਡੀ ਯਾਰ ਘੂਰ ਨਾ ਦੇ ਨੀ ਖੱਦੋ ਕਰੇ ਚੁੱਲੇ ਚੌਂਕੇ ਜਬਾਈ ਦੀ ਜਾਂ ਸਮੋਖਸ ਚਲੋ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋਂ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਖੀੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾਵ ਦੇ ਜਵਾਖਾ ਵਾਂਗੂ ਲੱਗਦਾ ਸੀ ਹਾਂ ਬੜਾ ਵਰਦਾ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਉਨ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੇਲੇ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਉਹਨਾਂ ਦੇ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਕੀ ਦਾ ਸ਼ਬਦ ਦਾ ਡੈਡੀ ਵੀ ਨਾ ਨੌਕਰੀ ਕਰਦਾ ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ ਅਸੀਂ ਇਕੱਠੇ ਪੜਿਆ ਜੀ ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ ਹਾਂ ਜੀ ਉਧਰ ਰਿਟਾਇਰਮੈਂਟ ਹੋ ਗਈ ਜੀ ਹਾਂ ਜੀ ਬਸ ਆ ਹੋਇਆ ਜੀ ਮਾਤਾ ਜੀ ਟੀਚਰ ਸਗੇ ਜਾਂ ਕੀ ਸੀ ਇਹ ਪ੍ਰਾਈਵੇਟਿਚ ਚ ਪੜਾਉਂਦੇ ਸਾਡੇ ਵੱਖ ਨੂੰ ਪੜਾਉਂਦੇ ਰਹੇ ਜੀ ਹਾਂ ਜੀ ਪਿੰਡ ਚ ਸਕੂਲ ਖੋਲਿਆ ਸੀ ਆ ਘਰੇ ਵੀ ਕੋਲ ਨੇ ਸੀ ਦੁਬਾਰਾ ਹਾਂ ਜੀ ਪੜਾਉਂਦੇ ਰਹੇ ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹ ਦੀਏ ਵੀ ਹੁਣ ਕਮੀ ਕੋਈ ਨਹੀਂ ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੁੱਲੇ ਮੁੰਡੇ ਹਾਂ ਜੀ ਉਦੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਦੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਜੀ। ਵਿਲਾਗ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ ਜੀ। ਹਾਂ ਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ? ਹਾਂ। ਅਸਾ ਗੱਲੇ। ਕਿ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂ ਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂ ਜੀ। ਹਰ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਟੋਬੇ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ। ਹਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੇ ਉਹ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦਿਵਾਰੀਆਂ ਬਣਾਈਆਂ ਪੰਜਾਹ ਦੇਰਾ ਪੈਸਾ ਲਾਜੀ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾਂ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜਾਦੇ ਜਾਣਦੇ ਸੀ ਉੱਪਰ ਨੂੰ ਐਸ ਕਰਕੇ ਜਾਦੇ ਜਾਂਦੇ ਸੀ ਇਹ ਹਾਣੀ-ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਭੱਜ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗ ਜਾਂਦੇ ਜਾਂ ਹੋਰ ਵਾ ਗੰਦੇ ਐ ਗੱਲਬਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਜਾਂਦੇ ਚੜਾ ਆ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਜੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਨਹੀਂ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਸੀ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇੱਥੋਂ ਲੰਘਦਾ ਜਾਂਦਾ ਬੁਲਾ ਕੇ ਜਾਂਦਾ ਕੁੜੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਔਰ ਬਹੁਤ ਵਧੀਆ ਅੱਛੇ ਉਹਦੋਂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗੇ ਪਿੰਡ ਆ ਸਾਡਾ ਮਤਲਬ ਬਹੁਤ ਚੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਨਹੀਂ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀ ਸੁਣਾਦਾਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹ ਦੇ ਭੀੜ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਾਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪ੍ਰਿੰਟ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਐਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਆ ਸੋਪਦੀਪ ਦੀ ਮਰਤਕ ਦੇਹ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇਆ ਵਾਲ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਮੂਸੇਰੀ ਬਸ ਅਜ ਦੁਆਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਅਲੋਪ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੇ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਜਣੇ ਕਿ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਹਾਂ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਹੀ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਤੱਸੇ ਦੁਆ ਤਾਂ ਨਾ ਇਹ ਜੰਮਣਾ ਕੋਈ ਨਾ ਆਉਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰ ਨਾ ਗੱਲਬਾਤ ਕਰਦੇ ਹਾਂ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਵੀਚ ਕੇ ਆਏ ਨੇ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਵਾਰ ਪੁਰਾਣਾ ਪਰਵਾਰ ਇਹਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਉਪਰਾਲੇ ਨਾਲ ਹਿੰਮਤ ਨਾਲ ਬਣਾਈ ਜਾਈ ਗਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੁੱਸੀ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲ ਮੌਜਾਂ ਕਰਦੇ ਸੀ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸ਼ੁਭਦੀਪ ਦੇ ਨਾਂ ਤੇ ਮਤਲ ਐ ਚੱਲਦਾ ਸੀ ਮੇਲਾ ਲੱਗ ਰਹਿ ਜਾਂਦਾ ਸੀ ਰੋਜ਼ ਯੋਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡ ਰਹੇ ਹਾਂ ਇਹਨਾਂ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂ ਡੀ ਗਵਾਂਡੀ ਯਾਰ ਘੂਰ ਨਾ ਦੇ ਨੀ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚਲੋ ਜ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋਂ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਖੀੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾਵ ਦੇ ਵਾਕਾ ਵਾਂਗੂ ਲੱਗਦਾ ਸੀ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੇਲੇ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ੁਭਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲ ਜਾਂ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ। ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ। ਬਸ ਆਹ ਹੋਇਆ ਜੀ। ਮਾਤਾ ਜੀ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚ ਸਿਖ ਪੜਾਉਂਦੇ ਸਾਡੇ ਜਵਾਕਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ। ਪਿੰਡ 'ਚ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਸੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ। ਜੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲੇ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੁੱਲੇ ਮੁੰਡੇ ਹਾਂ ਜੀ ਉਦੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਦੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਜੀ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ ਜੀ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾਜੀ। ਹਾਂਜੀ। ਅਸਾਂ ਗੱਲੇ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਹਰ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਟੋਬਾ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ। ਹਾਂ ਜੀ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੀ ਉਹ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦਿਵਾਰੀਆਂ ਬਣਾਈਆਂ ਪਈਆਂ ਨੇ ਢੇਰਾ ਪੈਸਾ ਲਾਈ ਤੁਸੀਂ ਹਾਂ ਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਅਦ ਆ ਵੱਡਾ ਅ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜ੍ਹੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜ੍ਹੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿਦਾਂ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਇਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਭੱਜ ਜਾਂਦੇ ਰਾਤ ਨੂੰ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਦੇ ਮਗ ਜਾਂਦੇ ਜਾਂ ਹੋਰ ਵਾਰ ਜਾਂਦੇ ਐ ਗੱਲਾਂ ਬਾਤਾਂ ਕਰਦੇ ਐ ਕਰਕੇ ਜਾਣਦੇ ਸੀ ਆਉਂਦੇ ਜਾਂਦੇ ਨਾਲ ਵੀ ਚੜ ਕੇ ਹੁੰਦੇ ਚੜਾ ਗਾ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਨਹੀਂ ਕਰ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇਥੋਂ ਹੀ ਲੰਘਦਾ ਜਾਂਦਾ ਬਲਾ ਕੇ ਜਾਂਦਾ ਕੁੜੇ ਇਥੇ ਮੁੰਡੇ ਕੋਲ ਖੇਡਣਾ ਆਉਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਔਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗੇ ਪਿੰਡ ਆ ਸਾਡਾ ਮਤਲਬ ਬਹੁਤ ਚੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੁਣ ਬਜ਼ੁਰਗਾਂ ਦਾ ਦੇਖਿਆ ਹੁਣ ਬਹੁਤ شریف ਪਰਿਵਾਰ ਹੈ ਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦਿਆਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤ ਉਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਐਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸ਼ੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਿਹੜੋ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਇਦੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਸ ਸਿੱਧੂ ਮੂਸੇ ਵਾਲਾ ਕਰਕੇ ਜਿਹੜਾਈ ਹੈ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜਿਹੜਾਈ ਹੈ ਜੀ ਮੂਸੇ ਦੀ ਬਸ ਅੱਜ ਦੁਬਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਬਸ ਉਹਦੇ ਕਰਕੇ ਜਿਹੜਾਈ ਸੀ ਯਾਰੀ ਛੋਟਾ ਹੁੰਦਾ ਏਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਣੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਹੂੰ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਜਦ ਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਪਾਸੇ ਦੁਆ ਤਾਂ ਨਾ ਇਹ ਜੰਮਣਾ ਕੋਈ ਨਾ ਹੋਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਇਹਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪਰਮਾਤਮਾ ਨੇ ਅੱਜ ਘਟੋ ਘਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਹੈ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਛ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਰ ਇੰਡੀਆ ਦਾ ਵੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਹਾਂ ਅਸੀਂ ਮਤਲਬ ਮौजਾਂ ਕਰਦੇ ਸੀ ਇਹ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸ਼ੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਹਿ ਜਾਂਦਾ ਸੀ ਰੋਜ਼ ਉਹਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਵੈਟ ਵੱਲਾ ਖੇਡਣ ਆ ਰਹੇ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਵੈਟ ਵੱਲਾ ਖੇਡਦੇ ਤਾਂ ਆਸੇ ਪਾਸੇ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਿਆਂਡੀ ਗਵਾਂਡੀ ਯਾਰ ਘੂਰ ਨਾ ਦੇਣ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚ ਵਜਦੀ ਬ ਅਸੀਂ ਮੌਜਾਂ ਪਿੰਡ ਕਰਦਾ ਸੀ ਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋਂ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾ ਵਿੱਚ ਆਖਾ ਮੰਗੂ ਲੱਗਦਾ ਸੀ ਜੀ ਮਿਲਦਾ ਵਰਤਾ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜਕੇ ਜਾਂਦਾ ਜੀ ਹਰੇਕ ਚ ਉਨ ਯਾ ਮੋਟਾ ਮੋਟਾ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੈਨੂੰ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਕੀ ਦਾ ਸ਼ਬਦ ਦਾ ਡੈਡੀ ਵੀ ਨੌਕਰੀ ਕਰਦਾ ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ ਅਸੀਂ ਇਕੱਠੇ ਪੜਿਆ ਜੀ ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ ਹਾਂ ਜੀ ਉਧਰ ਰਿਟਾਇਰਮੈਂਟ ਹੋ ਗਈ ਜੀ ਹਾਂ ਜੀ ਬਸ ਆ ਹੋਇਆ ਜੀ ਮਾਤਾ ਜੀ ਕਾ ਟੀਚਰ ਸਗੇ ਜੇ ਕੀ ਸੀ ਇਹ ਪ੍ਰਾਈਵੇਟਿਚੇ ਪੜਾਉਂਦੇ ਸਾਡੇ ਜਵੱਖ ਨੂੰ ਪੜਾਉਂਦੇ ਰਹੇ ਜੀ ਹਾਂ ਜੀ ਪਿੰਡ ਚ ਸਕੂਲ ਖੋਲਿਆ ਸੀ ਆ ਵੀ ਘਰੇ ਵੀ ਗੋਲਣੇ ਸੀ ਦੁਬਾਰਾ ਹਾਂ ਜੀ ਪੜਾਉਂਦੇ ਰਹੇ ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹ ਦੀਏ ਵੀ ਹੁਣ ਕਮੀ ਕੋਈ ਨਹੀਂ ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ 'ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਜ਼ ਚ ਕੋਈ ਹੋਣੀ ਨਹੀਂ ਵੀ। ਕਿ ਲਾਗ ਡਾਟ ਹੋਵੇ ਕਿਸੇ ਨਾਲ ਜਾਂ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆਉਂ ਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ। ਹਾਂਜੀ। ਅਸਾਂ ਗੱਲੇ। ਕਿ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣੀਆਂ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿੰਨਾ ਟੋਬਾ ਮੇਰੇ ਕੰਧਾ ਜਿੰਨੇ ਦੂਰੇ ਕੰਮ ਸੀ। ਾਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੋ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦਿਵਾਰੀਆਂ ਬਣਾਈਆਂ ਪੰਜਾਹ ਦੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲਾ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਪੇ ਨੂੰ ਇਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਭੱਜ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਭ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗਰ ਜਾਂਦੇ ਜਾਂ ਹੋਰ ਵਾਰ ਜਾਂਦੇ ਐ ਗੱਲਬਾਤਾਂ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜ ਕੇ ਹੁੰਦੇ ਝੜਾ ਵੀ ਲੈਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿੱਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਸੀ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਇਹ ਲੰਘਦਾ ਜਾਂਦਾ ਬਲਾ ਕੇ ਜਾਂਦਾ ਕੋਲੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਲ ਦਾ ਔਰ ਬਹੁਤ ਵਧੀਆ ਅੱਛੇ ਉਹਦੋਂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਜਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਪਿੰਡ ਆ ਸਾਡਾ ਮਤਲਬ ਬਹੁਤ ਚਿਹਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਨਹੀਂ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦਿਆਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹ ਦੇ ਭੀੜ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇ ਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲ ਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਉਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅੰਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਆ ਸ਼ੋਪਦੀਪ ਦੀ ਮਰਤਕ ਦੇਹ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਏਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਿਹੜੋ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਸ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਹੈ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇਆ ਵਾਲ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਹੈ ਜੀ ਮੂਸੇ ਦੀ ਬਸ ਅੱਜ ਦਵਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਐਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ બસ ਹਾਂ ਹੀ ਹਾਂ ਬਸ ਉਹ ਜੜਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗੈਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾਂ ਨਾ ਇਹ ਜੰਮਣਾ ਕੋਈ ਨਾ ਹੋਣਾ ਹੈ ਨਾ ਮੂਸੇ ਦਾ ਨਾਮ ਚਮਕਾਉਣਾ ਹੈ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਵਿੱਚ ਗਿਆ ਇਹਨਾਂ ਦੀ ਬਾਈ ਜੀ ਉਹ ਲਾ ਬੇਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਇਹਦਾ ਸਰਪੰਚ ਸੀਗਾ ਇਹ ਦੋਨਾਂ ਬੰਦਿਆਂ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਨਨ ਕੋਈ ਵਿਚਾਰ ਨਹੀਂ ਪਤਨ ਸੀ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਭਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦਵਾਂ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲਬ ਮੌਜਾਂ ਕਰਦੇ ਸੀ ਇਹ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਹਿਦਾ ਸੀ ਰੋਜ਼ ਇਹ ਉਹਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਣ ਵਾ ਰਹੇ ਸੀ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿ ਦਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਯਾਂਡੀ ਗਵਾਂਡੀ ਯਾਰ ਘੂਰਨਾ ਦਿਨ ਵਿੱਚ ਖੱਦੋ ਕਰੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੁਖਸ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਇਹ ਤਾਂ ਗੱਲ ਹੀ ਨਹੀਂ ਜਿੰ ਪਿੰਡ ਚੋ ਜਾਂ ਵੀ ਕਿਸੇ ਦੇ ਉਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਰੋ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾਵ ਦੇ ਜਵਾਖਾ ਵਾਂਗੂੰ ਲੱਗਦਾ ਸੀ ਅਗੜਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਉਹ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੇਲਾ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਈ ਦਾ ਸ਼ੁਭ ਦੀ ਦਾ ਡੈਡੀ ਵੀ ਨਾ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫੈਰ ਬੜਗੇੜੇ ਚ ਲਾਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆ ਹੋਇਆ ਜੀ। ਤੇ ਮਾਤਾ ਜੀ ਕਿ ਟੀਚਰ ਸਗੇ ਜਾਂ ਕੀ ਸਗੇ? ਇਹ ਪ੍ਰਾਈਵੇਟਿਚ ਤੇ ਸਿਪੜਾਉਂਦੇ ਸਾਡੇ ਜਿਵਾਂਖ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ ਚ ਸਕੂਲ ਖੋਲਿਆ ਸੀ ਆ ਵੀ ਘਰੇ ਵੀ ਕੋਲ ਨੇ ਜੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁ ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਗੀਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣ ਜੀ। ਇਲਾਕਾ ਡਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਐਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂ ਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾ ਜੀ। ਹਾਂ ਜੀ। ਵਸਾ ਗੱਲੇ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂ ਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂ ਜੀ। ਹਰ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ ਟੋਬਾ ਡੰਮੇ ਦੇ ਕੰਦਾ ਜਿੰਨੇ ਧੂਰੇ ਕੰਮ ਸੀ। ਹਰੇ ਜੀ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਹ ਰੇ ਡੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਅ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਐਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਭਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗਰ ਜਾਂਦੇ ਜਾਂ ਹੋਰ ਵਾਰ ਜਾਂਦੇ ਹੈ ਗੱਲਾਂ ਵਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਹੁੰਦੇ ਨਾਲ ਵੀ ਚੜਕੇ ਜਾਂਦੇ ਚੜਾ ਗਾ ਬੀ ਲਿਆਉਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਹਾ ਇਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇੱਥੇ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਇੰਨਾਂ ਦਾ ਜਾਂਦਾ ਬਲਾ ਕੇ ਜਾਂਦਾ ਕੁੜੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਲ ਦਾ ਹੋਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਏ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਛੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨਾ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀ ਸੁਣਾਦਾਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਇੱਕ ਸੰਤਾਲੀ ਜੇ ਖਿਡਾਉਣੇ ਵੇਸ਼ ਮਾਰਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਉਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸ਼ੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆ ਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨਿਕ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖਦੇ ਬਾ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਮ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਅੱਜ ਦੂਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੇ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਾਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਜਦ ਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਹੋਣਾ ਹੈ ਨਾ ਮੂਸੇ ਦਾ ਨਾ ਚਮਕਾਉਣਾ ਹੈ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜੀਮੀਦਾਰ ਬਰਾਦਰੀ ਕੋ ਜਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਬੀਜ ਕੇ ਆਏ ਨਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਦੇ ਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਉਪਰਾਲੇ ਨਾਲ ਹਿੰਮਤ ਨਾਲ ਬਣਾਈ ਜਾਈ ਜੇ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੁੱਸੀ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲ ਮौजਾਂ ਕਰਦੇ ਸੀ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲ ਐ ਚੱਲਦਾ ਸੀ ਮੇਲਾ ਲੱਗ ਰਹਿਦਾ ਸੀ ਰੋਜ਼ ਯੋ ਦਾ ਛੋਟਾ ਨਾ ਕਿ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡ ਰਹੇ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਨੇ ਤੋਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿ ਦਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂ ਡੀ ਗਵਾਂਡੀ ਯਾਰ ਘੂਰ ਨਾ ਦੇਣ ਵਿੱਚ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚਲੋ ਜ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਵਾਦ ਸੀ ਜੀ ਪਹਿਲਾਂ ਤੋਂ ਅਹੀ ਤਾਂ ਗੱਲ ਹੀ ਨਹੀਂ ਪਿੰਡ 'ਚ ਜਾਂ ਵੀ ਕਿਸੇ ਦੇ ਰੋਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਛੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾਵ ਦੇ ਵਾਕਾ ਵਾਂਗੂ ਲੱਗਦਾ ਸੀ ਹਾਂ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ 'ਚ ਖੜ ਕੇ ਜਾਂਦਾ ਜੀ ਹਰੇਕ 'ਚ ਆ ਜਬੋਟਾ ਬੋਟਾ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਲ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ੁਭਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆਹ ਹੋਇਆ ਜੀ। ਇਹ ਮਾਤਾ ਜੀ ਕਿ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚੇ ਪੜਾਉਂਦੇ ਸਾਡੇ ਜਿਵਾਂਖਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ 'ਚ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਜੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹ ਦੀਏ ਵੀ ਹ ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਗੀਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਨਹੀਂ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਲ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾਜੀ। ਹਾਂਜੀ। ਅਸਾਂ ਗੱਲੇ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਟੋਬਾ ਡਾ ਮੇਰੇ ਕੰਦਾ ਜਿੰਨੇ ਦੂਰੇ ਕੰਮ ਸੀ। ਆਰੇ ਜੀ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਹ ਰੇ ਡੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿਦਾਂ ਦਾ ਪਰਵਾਸ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਐਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਐਸੀ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਬਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਦੇ ਮਗ ਜਾਂਦੇ ਜਾਂ ਹੋਰ ਵਾਰੀ ਜਾਂਦੇ ਐ ਗੱਲਬਾਤ ਕਰਦੇ ਐ ਕਰਕੇ ਜਾਣਦੇ ਸੀ ਆਉਂਦੇ ਜਾਂਦੇ ਨਾਲ ਵੀ ਚੜ ਕੇ ਹੁੰਦੇ ਚੜਾ ਆ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇੱਥੇ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਹੀ ਲੰਘਦਾ ਜਾਂਦਾ ਬਲਾ ਕੇ ਜਾਂਦਾ ਉਰੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਨ ਦਾ ਔਰ ਬਹੁਤ ਵਧੀਆ ਅੱਛੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਜਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਹੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਆ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਚਿਹਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦਿਆਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲ ਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਥੋੜੇ ਨਾਲ ਸਾਂਝਾ ਕੀਤਾ ਮਿਹਰਬਾਨੀ ਅੰਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਉਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆ ਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇਆ ਵਾਲ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਇਸ ਦੁਆਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਏਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਲੜੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘਟ ਹੀ ਰਿਹਾ ਉਹ ਐ ਵੀ ਫੇਰ ਵੀ ਰਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੀ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਹੀ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਆਉਣਾ ਨਾ ਮੂਸੇ ਦਾ ਨਾਂ ਚਮਕਾਉਣਾ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਬੀਜ ਕੇ ਆਏ ਨੇ ਦੀ ਬਾਈ ਜੀ ਭੋਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਇਹਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਨਨ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਅਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜੀ ਮਤਲਬ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੁੱਸੀ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲ ਮੌਜਾਂ ਕਰਦੇ ਸੀ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲ ਐ ਚੱਲਦਾ ਸੀ ਮੇਲਾ ਲੱਗ ਰਹਿ ਜਾਂਦਾ ਸੀ ਰੋਜ਼ ਜਿਹੋ ਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਦੇ ਰਹੇ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜੇ ਆਂਡੀ ਗਵਾਂਡੀ ਯਾਰ ਘੂਰ ਨਾ ਦੇਣ ਵਿੱਚ ਖੱਦੋ ਕਿਸੇ ਚੁੱਲੇ ਚੌਂਕੇ ਜਬਾਈ ਦੀ ਜਾਂ ਸਮੋਖਸ ਦੀ ਬ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਇਹ ਹੀ ਤਾਂ ਗੱਲ ਹੀ ਨਹੀਂ ਪਿੰਡ 'ਚ ਉਹ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅਰਦਾਵ ਦੇ ਜਵਾਖਾ ਵਾਂਗੂ ਲੱਗਦਾ ਸੀ ਅਗਲ ਤਾਂ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ 'ਚ ਖੜਕੇ ਜਾਂਦਾ ਜੀ ਹਰੇਕ 'ਚ ਆਹ ਯਾ ਮੋਟਾ ਮੋਟਾ ਨਹੀਂ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮਿਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਉਹਨਾਂ ਦੇ ਲੜਕੇ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇੱਕ ਦਾ ਸ਼ਬਦ ਦਾ ਡੈਡੀ ਵੀ ਨਾ ਨੌਕਰੀ ਕਰਦਾ। हां जी ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। हां ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗ ਗਿਆ ਜੀ। हां जी। ਉਧਰ ਰਿਟਾਇਰਮੈਂਟ ਹੋ ਗਈ ਜੀ। हां जी। ਬਸ ਆਹ ਹੋਇਆ ਜੀ। ਇਹ ਮਾਤਾ ਜੀ ਕਿ ਟੀਚਰ ਸਗੇ ਜਾਂ ਕੀ ਸੀ ਇਹ ਪ੍ਰਾਈਵੇਟਿਚ ਪੜਾਉਂਦੇ ਸਾਡੇ ਵੱਖ ਨੂੰ ਪੜਾਉਂਦੇ ਰਹੇ ਜੀ। हां जी हां जी। ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਵੀ ਘਰੀਂ ਗੋਲਣੇ ਸੀ ਦੁਬਾਰਾ। हां जी ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ। ਮੁਝੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਗੁਦ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਜੀ ਬਿਲਾਗ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ ਹਾਂਜੀ ਤਾਂ ਇਹ ਦੁਨੀਆ ਉਹ ਦੀ ਸੀ ਘਰੇ ਜੀ ਫਿਰ ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਬਾਈ ਹਾਂਜੀ ਵਸਾ ਗੱਲੇ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ ਹਾਂਜੀ ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ ਟੋਬਾ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ ਆਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਜੇ ਉਹ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੀਵਾਰੀਆਂ ਬਣਾਈਆਂ ਪੰਜਾਂ ਨੇ ਥੇਰਾ ਪੈਸਾ ਲਾਇਆ ਜੀ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਉੱਪਰ ਨੂੰ ਇਸ ਕਰਕੇ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵ ਸੀ ਸਾਡੇ ਕੋਲ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਭਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਭਗ ਜਾਂਦੇ ਜਾਂ ਹੋਰ ਵਾ ਗੁੰਦੇ ਗੱਲਬਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਜਾਂਦੇ ਚੜਾ ਆ ਬੀਲੀ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਤਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇਥੋਂ ਲੰਘਦਾ ਜਾਂਦਾ ਪਲਾ ਕੇ ਜਾਂਦਾ ਕੁੜੇ ਇਥੇ ਮੁੰਡੇ ਕੋਲ ਖੇਡਣਾ ਆਉਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਲ ਦਾ ਔਰ ਬਹੁਤ ਵਧੀਆ ਅੱਛੇ ਉਹਦੋਂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਜਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਮਨ ਦਾ ਵੀ ਇੱਕ ਬਲਬਲਾਉ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਐ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਚੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਨਹੀਂ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀ ਸੁਣਾਦਾਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹ ਦੇ ਭੀੜ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪ੍ਰਿੰਟ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਛੋਟੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਸੋਪਦੀਪ ਦੀ ਮਿਰਤਕ ਦੇਹ ਹਸਪੀਟਲ ਤੋਂ ਲਿਆਂਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆ ਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇਆ ਵਾਲਾ ਇਹ ਜਾ ਨਾਮ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇਆ ਵਾਲਾ ਕਰਕੇ ਜੜਾਈ ਆ ਜੀ ਮੂਸੇਰੀ ਬਸ ਅਜ ਦੁਆਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਰੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਣੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਯਾਰੀ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਹੀ ਗਾਇਕੀ ਚ ਪੈ ਗਿਆ ਬਾਹਰ ਵਾ ਗਿਆ ਬਸ ਹੁਣ ਤਾਂ ਤੱਸੇ ਦੁਆ ਤਾਂ ਨਾ ਇਹ ਜੰਮਣਾ ਕੋਈ ਨਾ ਆਉਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰਨਾ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕਬੀਜ ਕਹਿੰਦੇ ਦੀ ਬਾਈ ਜੀ ਉਹਲਾ ਬੇਚਾਰਾ ਨਾਲ ਮਿਲ ਕੇ ਪਰਵਾਰ ਪੁਰਾਣਾ ਪਰਵਾਦੇ ਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਅਮੇ ਕਣਕ ਆਪਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰੇ ਨੂੰ ਪਤਾ ਨਹੀਂ ਸੀ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘਟੋ ਘਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਭਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬੰਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਜੀ ਅਹ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲਬ ਮौजਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸ਼ੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਿਹਾ ਹੁੰਦਾ ਸੀ ਰੋਜ਼ ਯੋਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਣ ਵਾ ਰਹੇ ਸੀ ਐਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸੇ ਪਾਸੇ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂ ਡੀ ਗਵਾਂਡੀ ਯਾਰ ਘੂਰ ਨਾ ਦੇ ਨੀ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚਲ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋਂ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਛੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾ ਵਿੱਚ ਵੱਖਾ ਮੰਗੂ ਲੱਗਦਾ ਸੀ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜ ਕੇ ਜਾਂਦਾ ਜੀ ਹਰੇਕ ਚ ਉਹ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਲਸਾ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ੁਭਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲ ਜਾਂ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆ ਹੋਇਆ ਜੀ। ਮਾਤਾ ਜੀ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚ ਸਿਖ ਪੜਾਉਂਦੇ ਸਾਡੇ ਜਵਾਕਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਸੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਮੇਰੇ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲੇ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਏ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂਜੀ ਓਦੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਕੁਝ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਓਦੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਜੀ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਸਵਾਰ ਹੀ ਨਹੀਂ ਪੈਦਾ। ਹਾਂ ਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਆਲਾ ਕਿਹੜਾ ਵਾ ਜੀ। ਹਾਂ। ਅਸਾ ਗੱਲੇ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂ ਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂ ਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਟੋਬੇ ਡੰਮੇ ਦੇ ਕੰਦਾ ਜਿੰਨੇ ਦੂਰੇ ਕੰਮ ਸੀ। ਹਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦਿਵਾਰੀਆਂ ਬਣਾਈਆਂ ਪਿਆ ਨੇ ਧੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਅਦ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆndi ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾਂ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜਾਦੇ ਜਾਣਦੇ ਸੀ ਉੱਪਰ ਨੂੰ ਇਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਸੀਂ ਉਧਰ ਉਧਰ ਹੀ ਦਿਨੇ ਭੱਜ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਭ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਭੱਜ ਜਾਂਦੇ ਜਾਂ ਹੋਰ ਵਾਰ ਜਾਂਦੇ ਐ ਗੱਲਬਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਹੁੰਦੇ ਚੜਾ ਆ ਬੀ ਲਿਆ ਹੁੰਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਜੀ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਨਹੀਂ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇਥੋਂ ਲੰਘਦਾ ਜਾਂਦਾ ਬੁਲਾ ਕੇ ਜਾਂਦਾ ਕੁੜੇ ਇਥੇ ਮੁੰਡੇ ਕੋਲ ਖੇਡਣਾ ਆਉਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਹੋਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋਰ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗੇ ਪਿੰਡ ਆ ਸਾਡਾ ਮਤਲਬ ਬਹੁਤ ਚਿਹਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨਾ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਨਹੀਂ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀ ਸੁਣਾਦਾਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ ਸੰਤਾਲੀ ਜੇ ਖਿਡਾਉਣੇ ਵੇਸ਼ ਮਾਰਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਬਾਈ ਜੀ ਐਨੇ ਦੋ ਬੋਲ ਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਐਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਹੈ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤਾਂ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਹਾਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਅੱਜ ਦੂਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਏਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਜੜਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਪਿੰਡ ਥੋੜਾ ਘੱਟ ਹੀ ਰਿਹਾ ਹੂੰ ਐ ਵੀ ਫੇਰ ਵੀ ਰਿਹਾ ਐ ਨਿਕਾ ਹੁੰਦਾ ਹੀ ਰਿਹਾ ਬਸ ਯਾਰੀ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਹੀ ਦੁਆ ਤਾਂ ਨਾ ਇਹ ਜੰਮਣਾ ਕੋਈ ਨਾ ਹੋਣਾ ਨਾ ਮੂਸੇ ਦਾ ਨਾ ਚਮਕਾਉਣਾ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜੀਮੇਦਾਰ ਬਰਾਦਰੀ ਕੋ ਜਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜਮੀਨ ਸੀਗੀ ਮੈਂ ਆ ਇੱਕ ਵਾਰ ਆਪ ਕਣਕ ਬੀਜ ਕੇ ਆਏ ਨਾ ਦੀ ਬਾਈ ਜੀ ਪੋਲਾ ਵਿਚਾਰਾ ਨਾਲ ਮਿਲ ਕੇ ਪਰਵਾਰ ਪੁਰਾਣਾ ਪਰਵਾਰ ਇਹਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ કરી ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਤੇ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਿਆਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਉਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜੀ ਬੰਦਾ ਜਿਵੇਂ ਇਹ ਸੁਭ ਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਹੈ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ ਹੈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਛ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਰ ਇੰਡੀਆ ਦਾ ਵੀ ਹੈ ਪਰ ਸਾਡੇ ਮੁੱਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲਬ ਮौजਾਂ ਕਰਦੇ ਸੀ ਇਹ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਿਹਾ ਹੁੰਦਾ ਸੀ ਰੋਜ਼ ਯੋ ਦਾ ਛੋਟਾ ਨਾ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਵੈਟ ਵਾਲਾ ਖੇਡਣਾ ਹੋ ਰਿਹਾ ਸੀ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਵੈਟ ਵਾਲਾ ਖੇਡਦੇ ਤਾਂ ਆਸੇ-ਪਾਸੇ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂਂਡੀ ਗਵਾਂਡੀ ਯਾਰ ਘੂਰ ਨਾ ਦੇਣ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚ ਵਜ ਅਸੀਂ ਮੌਜਾਂ ਪਿੰਡ ਕਰਦਾ ਸੀ ਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀਗਾ ਜੀ ਬਹੁਤ ਵਧੀਆ ਸੁਭਾਅ ਸੀ ਜੀ ਪਹਿਲਾਂ ਤੋਂ ਅਸੀਂ ਤਾਂ ਗੱਲ ਹੀ ਨਹੀਂ ਪਿੰਡ ਚੋ ਜਾਂ ਵੀ ਕਿਸੇ ਦੇ ਰੋ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾ ਵਿੱਚ ਆਖਾ ਮੰਗੂ ਲਾਵਾ ਸੀ ਜੀ ਕਰਦਾ ਵਰਦਾ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ ਚ ਖੜਕੇ ਜਾਂਦਾ ਜੀ ਹਰੇਕ ਚ ਉਨ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮਤਲਬ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇੱਕੀ ਦਾ ਸ਼ਬਦ ਦਾ ਡੈਡੀ ਵੀ ਨੌਕਰੀ ਕਰਦਾ ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ ਅਸੀਂ ਇਕੱਠੇ ਪੜਿਆ ਜੀ ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ ਹਾਂ ਜੀ ਉਧਰ ਰਿਟਾਇਰਮੈਂਟ ਹੋ ਗਈ ਜੀ ਹਾਂ ਜੀ ਬਸ ਆ ਹੋਇਆ ਜੀ ਮਾਤਾ ਜੀ ਦੇ ਟੀਚਰ ਸਗੇ ਜੇ ਕੀ ਸੀ ਇਹ ਪ੍ਰਾਈਵੇਟਿਚੇ ਪੜਾਉਂਦੇ ਸਾਡੇ ਵੱਖ ਨੂੰ ਪੜਾਉਂਦੇ ਰਹੇ ਜੀ ਹਾਂ ਜੀ ਪਿੰਡ ਚ ਸਕੂਲ ਖੋਲਿਆ ਸੀ ਆ ਘਰੀਬ ਗੋਲ ਨੇ ਜੀ ਦੁਬਾਰਾ ਹਾਂ ਜੀ ਪੜਾਉਂਦੇ ਰਹੇ ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ ਮੇਰੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਹੋਇਆ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਜੀ। ਬਿਲਾਕ ਡਾਟ ਹੋਵੇ ਕਿਸੇ ਨਾਲ ਜਾਂ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾਜੀ। ਹਾਂਜੀ। ਅਸਾਂ ਗੱਲੇ। ਕਿ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿੰਨਾ ਟੋਬਾ ਡੰਮੇ ਨੇ ਕੰਦਾ ਜਿੰਨੇ ਦੂਰੇ ਕੰਮ ਸੀ। ਾਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਚ ਗਰਾਊਂਡ ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਂ ਦੇ ਥੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਵਾਸ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਪੇ ਨੂੰ ਇਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਬਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਭ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗ ਜਾਂਦੇ ਜਾਂ ਹੋਰ ਵਗ ਜਾਂਦੇ ਗੱਲਬਾਤ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਹੁੰਦੇ ਚੜਾਹ ਵੀ ਲੈਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਸੀ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇੱਥੋਂ ਇਹ ਲੰਘਦਾ ਜਾਂਦਾ ਬਲਾ ਕੇ ਜਾਂਦਾ ਕੋਲੇ ਇੱਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਬਾਲੀਬਾਲ ਦਾ ਔਰ ਬਹੁਤ ਵਧੀਆ ਅੱਛੇ ਉਹਦੋਂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਕਮੰਡ ਨਹੀਂ ਸੀ ਵੀ ਪੈਸਾ ਹੋ ਜਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਵਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਪਿੰਡ ਆ ਸਾਡਾ ਮਤਲਬ ਬਹੁਤ ਚਿਹਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜਿਹੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾ ਦਿਆਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹ ਦੇ ਭੀੜ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ ਮਾਰਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਛੋਟੇ ਨਾਲ ਸਾਂਝਾ ਕੀਤਾ ਮਿਹਰਬਾਨੀ ਅੰਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਇਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਸ਼ੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤਾਂ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰ ਸੋ ਸ਼ਾਮੀ ਅਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਇਹ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਨੀ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਕਿ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਿਹ ਦੁੱਖ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਸ ਸਿੱਧੂ ਮੂਸੇ ਵਾਲਾ ਕਰਕੇ ਜਿਹੜਾਈ ਹੈ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਂ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜਿਹੜਾਈ ਹੈ ਜੀ ਮੂਸੇ ਦੀ ਬਸ ਅੱਜ ਦੂਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸ ਨੇ ਐਡਾ ਲੋਭ ਹੋ ਗਿਆ ਮੂਸਾ ਮਸ਼ਹੂਰੇ ਕਰਕੇ ਜਿਹੜਾਈ ਸੀ ਯਾਰੀ ਛੋਟਾ ਹੁੰਦਾ ਐਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਹੁਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਣੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਉਹ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਜਦ ਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਆਉਣਾ ਹੈ ਨਾ ਮੂਸੇ ਦਾ ਨਾ ਚੁਕਾਉਣਾ ਹੈ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜ਼ਿਮੀਂਦਾਰ ਬਰਾਦਰੀ ਕੋਲ ਜ਼ਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜ਼ਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜ਼ਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਵਿੱਚ ਕਹ ਇਹਦੀ ਬਾਈ ਜੀ ਉਹ ਲਾ ਬੇਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਇਹਦਾ ਸਰਪੰਚ ਸੀਗਾ ਇਹ ਦੋਨਾਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਨਨ ਕੋਈ ਵਿਚਾਰ ਨਹੀਂ ਪਤਾ ਨਹੀਂ ਕਿ ਵੀ ਬੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਪਰਾਲੇ ਨਾਲ ਹਿੰਮਤ ਨਾ ਬਣਾਈ ਜਾਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬੰਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈਏ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੂਸੇ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲਬ ਮੌਜਾਂ ਕਰਦੇ ਸੀ ਇਸ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲਬ ਐ ਚੱਲਦਾ ਸੀ ਮੇਲਾ ਲੱਗ ਰਹਿਦਾ ਸੀ ਰੋਜ਼ ਇਹ ਉਹਦਾ ਛੋਟਾ ਨਾਂ ਕੀ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀਏ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਣਾ ਹੋ ਰਿਹਾ ਸੀ ਇੰਨਾ شریف ਸੀਗਾ ਜੇ ਬੱਚਿਆਂ ਤੋਂ ਖੱਦੋ ਬੈਟਵੱਲਾ ਖੇਡਦੇ ਤਾਂ ਆਸ-ਪਾਸ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿ ਦਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਛ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਯਾਂਡੀ ਗਵਾਂਡੀ ਯਾਰ ਘੂਰਨਾ ਦਿਨ ਵਿੱਚ ਖੱਦੋ ਕਰੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਕਸ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਇਹ ਹੀ ਤਾਂ ਗੱਲ ਹੀ ਨਹੀਂ ਪਿੰਡ 'ਚ ਉਹ ਜਾਂ ਵੀ ਕਿਸੇ ਦੇ ਉਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਰੋਗੇ ਜੀ ਫਤਿਹ ਕਰਕੇ ਕੀੜ ਕੇ ਜਾਂਦਾ ਤੇ ਸਾਡੇ ਦਾ ਜੀ ਅੜਦਾਵਿਚ ਵਾਕਾ ਮੰਗੂ ਲੱਗਦਾ ਸੀ ਅਗਲ ਤਾਂ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ 'ਚ ਖੜ ਕੇ ਜਾਂਦਾ ਜੀ ਹਰੇਕ 'ਚ ਉਹ ਯਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਬਲਤਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਨ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ੁਭ ਦੀਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਇਹ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆਹ ਹੋਇਆ ਜੀ। ਮਾਤਾ ਜੀ ਕਾ ਟੀਚਰ ਸਗੇ ਜਾਂ ਕੀ ਸਗੇ? ਇਹ ਪ੍ਰਾਈਵੇਟਿਚ ਸਿਖ ਪੜਾਉਂਦੇ ਸਾਡੇ ਜਵੱਖਾਂ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ 'ਚ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲ ਨੇ ਸੀ ਦਵਾ ਦਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹਦੀਏ ਵੀ ਹੁਣ ਕਮੀ ਕੋਈ ਨਹੀਂ। ਮੇਰੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲਿਆ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵਿੱਚ ਵਿੱਚ ਦੋਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾ ਗਿਆ ਕਿਤੇ ਗੀਤ-ਗੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜ੍ਹਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਪਰਵਾਰ ਚ ਕੋਈ ਹੋਣ ਜੀ। ਇਲਾਕਾ ਡਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਰ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾ ਜੀ। ਹਾਂਜੀ। ਅਸਾਂ ਗੱਲੇ। ਜੀ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ। ਉਹ ਬੈਠਾ ਮੇਰੇ ਕੰਦਾ ਜਿੰਨੇ ਧੂਰੇ ਕੰਮ ਸੀ। ਹਰੇ ਜੀ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਹ ਰੇ ਡੇਰਾ ਪੈਸਾ ਲਾਈ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ ਤਿੰਨ ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿੰਦਾ ਦਾ ਪਰਿਵਾਰ ਅਸੀਂ ਅਸਲ ਇਹਦੀ ਭਾਪੇ ਨੂੰ ਜਾਦੇ ਜਾਣਦੇ ਸੀ ਪਾਪੇ ਨੂੰ ਐਸ ਕਰਕੇ ਜਿਆਦਾ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਡਡ ਡਰਾਈਵਰ ਸੀ ਸਾਡੇ ਕੋਲੇ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਬਗ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਸਰ ਵਿੱਚ ਫੈਲ ਗ੍ਰੇਡ ਦੇ ਜਾਂ ਹੁੰਦੇ ਖੇਡਣ ਮਗ ਜਾਂਦੇ ਜਾਂ ਹੋਰ ਵਗ ਜਾਂਦੇ ਐਂ ਗੱਲਾਂ ਵਾਤਾ ਕਰਦੇ ਐਂ ਕਰਕੇ ਜਾਂਦੇ ਸੀ ਆਉਂਦੇ ਹੁੰਦੇ ਨਾਲ ਵੀ ਚੜ ਕੇ ਆਉਂਦੇ ਚੜਾ ਵੀ ਲੈਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਹਾ ਇਦਾਂ ਦੀ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸਮਾਨਾ ਬੋਲਦੇ ਹਰੇਕ ਨੂੰ ਇਥੋਂ ਲੰਘਦਾ ਜਾਂਦਾ ਬਲਾ ਕੇ ਜਾਂਦਾ ਕੁੜੇ ਇਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਹੋਰ ਬਹੁਤ ਵਧੀਆ ਸੇ ਉਹਦੂ ਅੱਛਾ ਸੀ ਕੋਈ ਉਹਨਾਂ ਕੋਲ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਜਾ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪ ਦੀ ਆਪ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਹੈ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਛੇਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲੱਗਾ ਇਹਦੇ ਜਾਣ ਦਾ ਬਸ ਥੋੜਾ ਜਜਵਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇੱਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਹੀਂ ਸੁਣਾਦਾਂ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਹੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਹੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਤੁਹਾਡੇ ਨਾਲ ਸਾਂਝਾ ਕੀਤਾ ਮਿਹਰਬਾਨੀ ਅਨੇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਉਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਐਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਐਸ ਵਕਤ ਸ਼ੋਭਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਣ ਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤਾਂ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆ ਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ-ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਣੇ ਕਿ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਿਹੜੋ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖਦੇ ਬਾ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹ ਜਾ ਨਾਮ ਚਮਕਾਇਆਗਾ ਸਾਰੀ ਦੁਨੀਆ ਤੇ ਸਾਰੇ ਪੰਜਾਬ ਸਾਰੇ ਆਲਵਾੜ ਚ ਬਸ ਸਿੱਧੂ ਮੂਸੇ ਵਾਲਾ ਕਰਕੇ ਜੜਾਈ ਆ ਜੀ ਮੂਸੇ ਦੀ ਬਸ ਅੱਜ ਦਵਾਰ ਮੂਸੇ ਨੂੰ ਕੋਈ ਪੁੱਛਣਾ ਵੀ ਨਹੀਂ ਕਿਸੇ ਨੇ ਐਡਾ ਲੋਭ ਹੋ ਗਿਆ ਮੂਸਾ ਮਸੂਦੇ ਕਰਕੇ ਜੜਾਈ ਸੀ ਯਾਰੀ ਛੋਟਾ ਹੁੰਦਾ ਇਦਾਂ ਫਿਰ ਤੁਹਾਡੇ ਚਾਚੇ ਤਾਇਆ ਦੇ ਦਬਕੇ ਵੀ ਖਾਂਦਾ ਹੋਊਗਾ ਖੇਡਦਾ ਵੀ ਉਹ ਸ਼ਰਾਰਤਾਂ ਵੀ ਕਰਦਾ ਬਸ ਹਾਂ ਹੀ ਹਾਂ ਬਸ ਉਹ ਡਾਨੀ ਕੇ ਛੋਟਾ ਹੁੰਦਾ ਬਾਹਰ ਪੜਨ ਲੱਗ ਗਿਆ ਸੀਗਾ ਪਿੰਡ ਥੋੜਾ ਘੱਟ ਹੀ ਰਿਹਾ ਹੂੰ ਐ ਵੀ ਫੇਰ ਵੀ ਰਿਹਾ ਹੈ ਨਿਕਾ ਹੁੰਦਾ ਹੀ ਰਿਹਾ ਬਸ ਜਦ ਰੇ ਪੜਾਈ ਕਰਕੇ ਲਾਲਾ ਵੀ ਬਾਹਰ ਬਸ ਥੋੜੀ ਛੋਟੀ ਉਮਰ ਚ ਹੀ ਗਾਇਕੀ ਚ ਪੈ ਗਿਆ ਬਾਹਰ ਵਗ ਗਿਆ ਬਸ ਹੁਣ ਤਾਂ ਬਸ ਇਹ ਦੁਆ ਤਾ ਨਾ ਇਹ ਜੰਮਣਾ ਕੋਈ ਨਾ ਆਉਣਾ ਹੈ ਨਾ ਮੂਸੇ ਦਾ ਨਾ ਚਮਕਾਉਣਾ ਵੀਰ ਨਾਲ ਗੱਲਬਾਤ ਕਰਦੇ ਆ ਕਿ ਜਿਵੇਂ ਦੱਸ ਰਹੇ ਨੇ ਬਜ਼ੁਰਗ ਜਿਹੜੇ ਉਹਨਾਂ ਦੇ ਬਾਬਾ ਜੀ ਨੂੰ ਵੀ ਜਾਣਦੇ ਨੇ ਉਹਨਾਂ ਦੇ ਬਾਪ ਨੂੰ ਵੀ ਜਾਣਦੇ ਨੇ ਵੀ ਪਹਿਲਾਂ ਬਾਬਾ ਜੀ ਨੇ ਬੜੀ ਮਿਹਨਤ ਕੀਤੀ ਤੇ ਜਿਹੜੀ ਅਕਸਰ ਜੀਮੀਦਾਰ ਬਰਾਦਰੀ ਕੋ ਜਮੀਨ ਹੁੰਦੀ ਆ ਇਹ ਪਰਿਵਾਰ ਕੋਲ ਪਹਿਲਾਂ ਜਮੀਨ ਕਿੰਨੀ ਸੀ ਬਾਬੇ ਦੀ ਸਾਡੇ ਤਕਰੀਬਨ ਜੀ 5-6 ਕਿੱਲੇ ਜਮੀਨ ਸੀਗੀ ਮੈਂ ਇੱਕ ਵਾਰ ਆਪ ਕਣਕ ਬੀਜ ਕੇ ਆਏ ਨਦੀ ਬਾਈ ਜੀ ਉਹਲਾ ਵਿਚਾਰਾ ਨਾਲ ਮਿਲ ਕੇ ਪਰਿਵਾਰ ਪੁਰਾਣਾ ਪਰਿਵਾਰ ਦੇ ਦਾ ਸਰਪੰਚ ਸੀਗਾ ਇਹ ਦੋਨੋਂ ਬੰਦੇ ਨੇ ਨਾਲ ਮਿਲ ਕੇ ਖੇਤੀ ਕਰੀ ਨਾਲ ਡਿਊਟੀ ਕਰਦਾ ਸੀ ਆ ਮੈਂ ਕਣਕ ਆਪ ਦੇ ਥੀਮ ਟਰੈਕਟਰ ਨਾਲ ਅਸੀਂ ਨਾਲ ਬੀਜ ਕੇ ਆਏਗਾ ਇਹਨਾਂ ਨੂੰ ਕੋਈ ਵਿਚਾਰ ਨਹੀਂ ਪਤਾ ਨਹੀਂ ਸੀ ਕਿ ਵੀ ਪੰਦਾ ਕਿਵੇਂ ਨਾ ਇੱਕ ਨਵੀਂ ਨਵੀਂ ਖੇਤੀ ਸ਼ੁਰੂ ਕਰੀ ਸੀ ਤੇ ਪ੍ਰਮਾਤਮਾ ਨੇ ਅੱਜ ਘੱਟੋ-ਘੱਟ 50 ਕਿੱਲਾਂ ਦੀ ਤਕਰੀਬਨ ਜ਼ਮੀਨ ਕੋਲੇ ਹੈ ਮਿਹਨਤ ਨਾਲ ਕਿਸੇ ਤੋਂ ਠੱਗੀ ਚੋਰੀ ਨਹੀਂ ਮਾਰੀ ਪੂਰੀ ਮਿਹਨਤ ਨਾਲ ਜ਼ਮੀਨ ਹੈ ਉਪਰਾਲੇ ਨਾਲ ਹਿੰਮਤ ਨਾਲ ਬਣਾਈ ਜਾਈ ਗਈ ਜਿਵੇਂ ਇਹ ਸੋਭਦੀਪ ਤੋਂ ਸਿੱਧੂ ਮੂਸੇਵਾਲਾ ਜਦੋਂ ਬਣਦਾ ਆ ਉਸ ਤੋਂ ਬਾਅਦ ਤਰੱਕੀ ਤੋਂ ਬਾਅਦ ਫੇਰ ਇਹਨਾਂ ਨੇ ਜਿਹੜੇ ਵੱਡਾ ਘਰ ਬਣਾਇਆ ਜਾਂ ਜ਼ਮੀਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਣਾਈ 6 ਸਾਲ ਦੀ ਗੱਲ ਹੈ ਸਾਰੀ ਹਾਂ 6 ਸਾਲ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਇਹਨਾਂ ਨੇ ਤਰੱਕੀ ਕੀਤੀ ਗਾਣਾ ਕੱਢਿਆ ਕੁਝ ਵੀ ਪ੍ਰਮਾਤਮਾ ਨੇ ਇੰਨੇ ਚੰਗੇ ਕੰਮ ਕਰਨੀ ਇਹਨਾਂ ਦਾ ਬਲ ਪਿਆ ਵੀ ਜਿੰਨਾ ਵੀ ਕਹਿ ਦੂੰ ਪਰ ਅੱਜ ਸਾਡੇ ਪਿੰਡ ਦਾ ਬੇੜਾ ਮੁੱਦਾ ਵੱਧ ਗਿਆ ਅਸਲ ਤਾਂ ਪੰਜਾਬ ਦਾ ਤੇ ਆਲ ਇੰਡੀਆ ਦਾ ਹੀ ਹੈ ਪਰ ਸਾਡੇ ਮੁੱਸੀ ਨਾਲ ਬਹੁਤ ਜ਼ਿਆਦਾ ਅੱਜ ਨੱਕ ਹੋਏਗਾ ਅਸੀਂ ਮਤਲ ਮੌਜਾਂ ਕਰਦੇ ਸੀ ਸਾਡਾ ਪਿੰਡ ਦਾ ਜਿਹੜਾ ਮਾਹੌਲ ਸੀਗਾ ਸੁਭਦੀਪ ਦੇ ਨਾਂ ਤੇ ਮਤਲ ਐ ਚੱਲਦਾ ਸੀ ਮੇਲਾ ਲੱਗ ਰਹਿਦਾ ਸੀ ਰੋਜ਼ ਯੋਦਾ ਛੋਟਾ ਨਾ ਕਿ ਗੱਗੂ ਕਹਿੰਦੇ ਗੱਗੂ ਗੱਗੂ ਹਾਂਜੀ ਗੱਗੂ ਮਤਲਬ ਜਦੋਂ ਹੁੰਦੀ ਵੀ ਚਾਚੇ ਤਾਂ ਇਹਨੂੰ ਆ ਗੱਗੂ ਇਧਰੋਂ ਕੰਨ ਤੇ ਛੱਡਦੀ ਮਤਲਬ ਹੁੰਦਾ ਸੀ ਇਦਾਂ ਦਾ ਪਿਆਰ ਵੀ ਆ ਵੀ ਚਲ ਕਾਕਾ ਛੋਟਾ ਜਿਹਾ ਹੁੰਦਾ 7-8 ਸਾਲ ਦਾ ਸਾਡੇ ਬਾੜ ਦੇ ਵਿੱਚ ਸਾਡੇ ਘਰਾਂ ਚ ਬੈਟਵੱਲਾ ਖੇਡਣ ਵਾ ਰਹੇ ਸੀ ਐਨਾ شریف ਸੀਗਾ ਜੇ ਬੱਚਾ ਤੋਂ ਖੱਦੋ ਬੈਟਵੱਲਾ ਖੇਡਦੇ ਤੋਂ ਆਸ-ਪਾਸੇ ਦੇ ਕਿਸੇ ਦੇ ਘਰ ਚ ਵਗ ਜਾਂਦੀ ਪਰ ਜਵਾਕ ਕਹਿੰਦੇ ਵੀ ਯਾਰ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹ ਚੱਕ ਕੇ ਲਿਊਗਾ ਜਾਂ ਡੀ ਗਵਾਂਡੀ ਯਾਰ ਘੂਰ ਨਾ ਦੇਣ ਵੀ ਖੱਦੋ ਕਿਸੇ ਚੁੱਲੇ ਚੌਂਕੇ ਚ ਵਜਦੀ ਜਾਂ ਸਮੋਖਸ ਚੁੱਲ ਅਸੀਂ ਮੌਜਾਂ ਪਿੰਡ ਕਰਦਾ ਸੀ ਇਹਦੇ ਸਿਰ ਤੇ ਹੀ ਸਾਡਾ ਹਾਂ ਬਾਹਰ ਅੰਦਰ ਲੋਕ ਸਾਨੂੰ ਪੁੱਛ ਦੱਸ ਕਰਦੇ ਕਿਹੜਾ ਪਿੰਡ ਹੈ ਅਸੀਂ ਜੇ ਕਹਿੰਦੇ ਸਿੱਧੂ ਮੂਸੇ ਵਾਲਾ ਬੜਾ ਸਾਡਾ ਦਰਮਾਨ ਹੋ ਕਰਦੇ ਹੁੰਦਾ ਸੀ ਜੀ ਬਹੁਤ ਵਧੀਆ ਸਭਾ ਸੀ ਜੀ ਪਹਿਲਾਂ ਤੋਂ ਇਹ ਹੀ ਤਾਂ ਗੱਲ ਹੀ ਨਹੀਂ ਪਿੰਡ 'ਚ ਜਾਂ ਵੀ ਕਿਸੇ ਦੇ ਰੋਹ ਮਾਰ ਜੇ ਜਾਂ ਕਿਸੇ ਨਾਲ ਵੱਧ ਘੱਟ ਬੋਲ ਜੇ ਉਹ ਹਰੇਕ ਨੂੰ ਬੁਲਾ ਕੇ ਨਾ ਜੀ ਫਤਿਹ ਕਰਕੇ ਢੇੜ ਕੇ ਜਾਂਦਾ ਤੇ ਸਾਡੇ ਦਾ ਜੀ ਅਰਦਾਵ ਦੇ ਜਵਾਖਾ ਵਾਂਗੂ ਲੱਗਦਾ ਸੀ ਹਾਂ ਮਿਲਦਾ ਵਰਦਾ ਹੀ ਆਮ ਲੋਕਾਂ ਨੂੰ ਹਾਂ ਜੀ ਆਮ ਬੰਦੇ ਨੂੰ ਹਰੇਕ 'ਚ ਖੜਕੇ ਜਾਂਦਾ ਜੀ ਹਰੇਕ 'ਚ ਆ ਨਾ ਮੋਟਾ ਮੋਟਾ ਨੇ ਇਹਦੇ ਬਾਬਾ ਜੀ ਕਿੰਨੇ ਭਰਾ ਸੀ ਇਹਦੇ ਬਾਬਾ ਜੀ ਜੀ ਇੱਥੇ ਦਾ ਇੱਕ ਰਹਿੰਦਾ ਸੀ ਜੀ ਦੋ ਬਾਹਰ ਰਹਿੰਦੇ ਮੇਲਾ ਤਿੰਨ ਭਰਾ ਸੀ ਜੀ ਇਹਦੇ ਡੈਡੀ ਹੁਣੀ ਫੇ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਜੀ ਹਾਂਜੀ ਦੂਸਰਾ ਇਹਦਾ ਤਾਇਆ ਲੱਗਦਾ ਤਾਇਆ ਲੱਗਦਾ ਜੀ ਉਹ ਮਾਲ ਸਰ ਰਹਿੰਦਾ ਜੀ ਲੱਗੇ ਹੋਏ ਮਾਰਕ ਕਮੇਟੀ ਚ ਸੀ ਅਫਸਰ ਜੀ ਅੱਛਾ ਹਾਂ ਸੈਕਟਰੀ ਸੀ ਰਿਟਾਇਰਮੈਂਟ ਹੋ ਗਈ ਜੀ ਉਹਨਾਂ ਦੀ ਹਾਂ ਉਹਨਾਂ ਦਾ ਲੜਕਾ ਵੀ ਬਾਹਰ ਗਿਆ ਹੋਇਆ ਜੀ ਇੱਕੋ ਹੀ ਲੜਕਾ ਉਹਨਾਂ ਦੇ ਵੀ ਹਾਂਜੀ ਇਹਦਾ ਸ਼ਬਦ ਦਾ ਡੈਡੀ ਵੀ ਨੌਕਰੀ ਕਰਦਾ। ਹਾਂ ਜੀ ਪਹਿਲਾਂ ਫੌਜ ਸੀ ਮੇਰੇ ਨਾਲ ਪੜਿਆ ਜੀ। ਅਸੀਂ ਇਕੱਠੇ ਪੜਿਆ ਜੀ। ਹਾਂ ਉਸ ਤੋਂ ਬਾਅਦ ਕੋਈ ਗੋਲੀ ਗਾਲੀ ਦਾ ਹੋ ਗਿਆ ਫਿਰ ਫਾਇਰ ਬ੍ਰਿਗੇਡ ਚ ਲੱਗੇ ਜੀ। ਹਾਂ ਜੀ ਉਧਰ ਰਿਟਾਇਰਮੈਂਟ ਉਧਰ ਰਿਟਾਇਰਮੈਂਟ ਹੋ ਗਈ ਜੀ। ਹਾਂ ਜੀ ਬਸ ਆਹ ਹੋਇਆ ਜੀ। ਇਹ ਮਾਤਾ ਜੀ ਕਿ ਟੀਚਰ ਸੀਗੇ ਜਾਂ ਕੀ ਸੀਗੇ? ਇਹ ਪ੍ਰਾਈਵੇਟਿਚੇ ਸਿਖ ਪੜਾਉਂਦੇ ਸਾਡੇ ਜਿਵਾਂਖ ਨੂੰ ਪੜਾਉਂਦੇ ਰਹੇ ਜੀ। ਹਾਂ ਜੀ ਹਾਂ ਜੀ ਪਿੰਡ ਦੀ ਸਕੂਲ ਖੋਲ੍ਹਿਆ ਸੀ ਆ ਵੀ ਘਰੇ ਵੀ ਕੋਲਲੇ ਸੀ ਦੁਬਾਰਾ। ਹਾਂ ਜੀ ਪੜਾਉਂਦੇ ਰਹੇ। ਜਿੰਨਾ ਹੁਣ ਪਰਿਵਾਰ ਦੇ ਵਿੱਚ ਜੇ ਕਹ ਦੀਏ ਵੀ ਹੁਣ ਜੇ ਕਿ ਸਿੱਧੂ ਮੂਸੇ ਵਾਲਾ ਚਾਹੁੰਦਾ ਵੀ ਮੈਂ ਕੋਈ ਕੁਝ ਵੀ ਖਰੀਦਣਾ ਤੋਂ ਖਰੀਦ ਸਕਦਾ ਸੀ ਚਾਹੇ ਇੰਡੀਆ ਚ ਹੁੰਦਾ ਚਾਹੇ ਕਿਤੇ ਵੀ ਤੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਜਿਹੜਾ ਸੀਗਾ ਪਹਿਲਾਂ ਤੋਂ ਅਮੀਰ ਚੱਲੇ ਆਂਦਾ ਜਾਂ ਹੁਣ ਇਹਦੇ ਸਿੱਧੂ ਮੂਸੇ ਵਾਲੇ ਤੋਂ ਬਾਅਦ ਬਣਿਆ ਨਾ ਜੀ ਹੁਣੀ ਵਾ ਪਹਿਲਾਂ ਤਾਂ ਇਹ ਦਾਦੇ ਜੀ ਨੇ ਪੜ੍ਹਾਇਆ ਜੀ ਦੁੱਧ ਵੇਚ ਵੇਚ ਦੁੱਨੇ ਮੁੰਡੇ ਹਾਂ ਜੀ ਉਸ ਤੋਂ ਬਾਅਦ ਇਹ ਬਸ ਬਾਹਰ ਵਾਗ ਗਿਆ ਕਿਤੇ ਗੀਤ ਕੁਤ ਕੱਢਦਾ ਜੀ ਜਦੋਂ ਪਰਮਾਤਮਾ ਚੜਾਉਂਦਾ ਜੀ ਬਸ ਉਸ ਤੋਂ ਬਾਅਦ ਵਧੀਆ ਇਹਦੀ ਚੜਤ ਹੋ ਗਈ ਜੀ ਹਾਂ ਜੀ ਪ੍ਰਵਾਹ ਨਰਮਾ ਸਾਰਾ ਜੀ ਹਾਂ ਪਰਵਾਰ ਚ ਕੋਈ ਹੋਣੀ ਨਹੀਂ ਬੀ। ਇਲਾਕਾ ਡਾਟ ਹੋਵੇ ਕਿਸੇ ਨਾਲ ਜਾ ਕੋਈ ਲੜਦੇ ਭੜਦੇ ਹੋਣ ਜਾਂ ਮੈਂ ਸੋ ਵੀ ਕਿਸੇ ਨਾਲ ਵੀ ਸਵਾਲ ਹੀ ਨਹੀਂ ਪੈਦਾ। ਹਾਂਜੀ ਤਾਂ ਇਹ ਦੁਨੀਆ ਆਉਂਦੀ ਸੀ ਘਰੇ ਜੀ ਫਿਰ। ਜੇ ਕੋਈ ਮਾੜਾ ਬੰਦਾ ਹੁੰਦਾ ਵੱਧ ਘਟ ਬੋਲਣ ਵਾਲਾ ਫੇਰ ਵਾਲਾ ਕਿਹੜਾ ਵਾਜੀ। ਹਾਂਜੀ। ਤਾਂ ਸਾਰਾ ਗੱਲ ਇਹ ਮਾਤਾ ਜੀ ਨੇ ਜਿੱਦਾਂ ਪਿਛਲੀ ਵਾਰੀ ਸਰਪੰਚੀ ਦੀ ਲੜੀ ਇਲੈਕਸ਼ਨ ਤਾਂ ਫਿਰ ਵਧੀਆ ਪਿੰਡ ਦਾ ਕੰਮ ਚੱਲੇ। ਹਾਂਜੀ ਕੰਮ ਬਹੁਤ ਚੱਲੀ ਹੋਈ ਹੁਣ ਵੀ। ਹਾਂਜੀ। ਸਾਰੇ ਸਕੂਲਾਂ ਦੇ ਗਰਾਊਂਡ ਬਣਿਆ ਦੇ ਗਲੀਆਂ ਪੱਕੀਆਂ ਹੋ ਗਈਆਂ ਸਾਰਾ ਜਿਲ੍ਹਾ ਟੋਬਾ ਡੰਮੇ ਨੇ ਕੰਦਾ ਜਿੰਨੇ ਦੂਰੇ ਕੰਮ ਸੀ। ਆਰੇ ਹਜੇ ਵੀ ਲੱਗੇ ਪਿਆ ਜੀ ਮਿਸਤਰੀ ਹਰ ਵਕਤ ਹਾਂ ਯੋ ਸਕੂਲ ਦੇ ਗਰਾਊਂਡ 'ਚ ਜਾ ਕੇ ਦੇਖੋ ਜੀ ਤੁਸੀਂ ਬਹੁਤ ਚਾਰ ਦੁਵਾਰੀਆਂ ਬਣਾਈਆਂ ਪੰਜਾਂ ਦੇ ਧੇਰਾ ਪੈਸਾ ਲਾਜੀ ਤੁਸੀਂ ਹਾਂਜੀ ਪਿੰਡ ਦੇ ਲੋਕਾਂ ਦਾ ਮੰਨਣਾ ਆ ਕਿ ਪਰਿਵਾਰ ਪਹਿਲਾਂ ਆਰਥਿਕ ਤੌਰ ਤੇ ਬਾਤ ਆ ਵੱਡਾ ਨਹੀਂ ਸੀ ਤਕੜਾ ਆ ਬਾਬਾ ਜੀ ਨੇ ਦੁੱਧ ਵੇਚ ਕੇ ਜਿਹੜਾ ਆਪਣੇ ਸ਼ੁਭਦੀਪ ਦੇ ਡੈਡੀ ਨੂੰ ਤੋਂ ਦੇ ਤਾਏ ਨੂੰ ਨੌਕਰੀਆਂ ਤੇ ਲਵਾਇਆ ਜਦੋਂ ਸ਼ੁਭਦੀਪ ਦਾ ਡੈਡੀ ਨੌਕਰੀ ਤੇ ਚਲ ਜਾਂਦਾ ਉਹਦਾ ਤਾਇਆ ਵੀ ਨੌਕਰੀ ਤੇ ਚਲ ਜਾਂਦਾ ਆ ਤੇ ਉਸ ਤੋਂ ਬਾਅਦ ਜਦੋਂ ਪੀੜੀ ਆਂਦੀ ਆ ਸ਼ੁਭਦੀਪ ਸਿੰਘ ਦੀ ਸ਼ੁਭਦੀਪ ਸਿੰਘ ਤੋਂ ਬਾਅਦ ਜਦੋਂ ਉਹ ਸਿੱਧੂ ਮੂਸੇਵਾਲਾ ਬਣਦਾ ਆ ਤੇ ਆਰਥਿਕ ਤੌਰ ਤੇ ਉਸ ਵੇਲੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਉਂਦੀ ਆ ਤੇ ਪਿੰਡ ਦੇ ਵਿੱਚ ਸੁਭਾ ਜਿਹੜਾ ਆ ਸ਼ੁਰੂ ਤੋਂ ਪਿਛਲੇ 3 ਪੀੜੀਆਂ ਤੋਂ ਉਹ ਦੱਸਿਆ ਜਾ ਰਿਹਾ ਕਿ ਬਹੁਤ ਵਧੀਆ ਬਜ਼ੁਰਗੋ ਫੇ ਜਿਹੜੇ ਸ਼ੁਭਦੀਪ ਦੇ ਜਿਹਨੂੰ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਉਹਦੇ ਬਾਬਾ ਜੀ ਨਾਲ ਜਾਣਦੇ ਸੀ ਕਿਦਾਂ ਦਾ ਪਰਵਾਸ ਅਸੀਂ ਅਸਲ ਇਹਦੇ ਭਾਪੇ ਨੂੰ ਜਾਦੇ ਜਾਣਦੇ ਸੀ ਪਪੇ ਨੂੰ ਇਸ ਕਰਕੇ ਜਾਦੇ ਜਾਣਦੇ ਸੀ ਇਹ ਹਾਣੀ ਤਾਣੀ ਇਹ ਫੈਲ ਗ੍ਰੇਟਡ ਡਰਾਈਵ ਸੀ ਸਾਡੇ ਕੋਲ ਵੀ ਗੱਡੀਆਂ ਸੀ ਅਸੀਂ ਵੀ ਉੱਥੇ ਸੀ ਸਾਡਾ ਐ ਨਾਲ ਹੀ ਕੰਧੀ ਸਾਂਝੀ ਸੀ ਅਦਰ ਉਦਰੀ ਦਿਨੇ ਭੱਜ ਜਾਂਦੇ ਰਾਤ ਨੂੰ ਜਦੋਂ ਉੱਥੇ ਹੁੰਦੇ ਖੇਡਦੇ ਕਰਦੇ ਉਹਦੇ ਵਿੱਚ ਫੈਲ ਗ੍ਰੇਟਡ ਦੇ ਜਾਂ ਹੁੰਦੇ ਖੇਡਣ ਭੱਜ ਜਾਂਦੇ ਜਾਂ ਹੋਰ ਭੱਜ ਜਾਂਦੇ ਗੱਲਬਾਤਾਂ ਕਰਦੇ ਐ ਕਰਕੇ ਜਾਂਦੇ ਸੀ ਆਉਂਦੇ ਜਾਂਦੇ ਨਾਲ ਵੀ ਚੜਕੇ ਹੁੰਦੇ ਚੜਾ ਆ ਬੀ ਲਿਆਉਂਦਾ ਬਹੁਤ ਸੁਭਾਅ ਦਾ ਠੰਡੇ ਸੁਭਾਅ ਦਾ ਸੀ ਤੇ ਜਿਵੇਂ ਆਪਾਂ ਦੇਖਦੇ ਆ ਕਿ ਜਦੋਂ ਪ੍ਰਸਿੱਧੀ ਆਉਂਦੀ ਆ ਜਦੋਂ ਇਨਸਾਨ ਕੋ ਪੈਸਾ ਆਉਂਦਾ ਹੈ ਇਨਸਾਨੀ ਸੁਭਾਅ ਹੀ ਹੁੰਦਾ ਕਈ ਵਾਰੀ ਕਿ ਥੋੜਾ ਬਾਲਾ ਪਿੰਡ ਦੇ ਵਿੱਚ ਜਿਹੜਾ ਬਤੀਰਾਮ ਲੋਕਾਂ ਦਾ ਬਦਲ ਜਾਂਦਾ ਹੈ ਤੁਹਾਨੂੰ ਲੱਗੀ ਇਦਾਂ ਦੀ ਚੇਂਜ ਵੀ ਪੈਸਾ ਆਉਣ ਤੋਂ ਬਾਅਦ ਕੋਈ ਹਕਾਰ ਆਇਆ ਹੋਵੇ ਜਿਦਾਂ ਦੀ ਗੱਲ ਉਹ ਤਾਂ ਪਹਿਲਾਂ ਮੰਗ ਵਿਚਰਨ ਪਹਿਲਾਂ ਵਰਗੇ ਇਥੇ ਬਹੁਤ ਠੰਡੇ ਸੁਭਾਅ ਨਾਲ ਬੋਲਦੇ ਹਰੇਕ ਨੂੰ ਇਥੋਂ ਹੀ ਲੰਘਦਾ ਜਾਂਦਾ ਬੁਲਾ ਕੇ ਜਾਂਦਾ ਉਰੇ ਇਥੇ ਮੁੰਡੇ ਕੋਲ ਖੇਡਣਾ ਆ ਜਾਂਦਾ ਨਾਲ ਹੀ ਗਰਾਊਂਡ ਹੈ ਆਪਣੇ ਵਾਲੀਬਾਲ ਦਾ ਔਰ ਬਹੁਤ ਵਧੀਆ ਸੀ ਉਹਦੂ ਅੱਛਾ ਸੀ ਕੋਈ ਉਹਨਾਂ ਕੋਈ ਘਮੰਡ ਨਹੀਂ ਸੀ ਵੀ ਪੈਸਾ ਹੋ ਜਾ ਜਾਂ ਆਪਣੇ ਕੋਲ ਪੈਸੇ ਚ ਆ ਗਏ ਜਾਂ ਹੋਰ ਆ ਗਏ ਜੇ ਕਿਤੇ ਮੰਡੀ ਜਾਂਦੇ ਕੁਦਰਤ ਉੱਥੇ ਖੜੇ ਹੁੰਦੇ ਆ ਆਪੀ ਆ ਬਰਾਬਰ ਰੋਕ ਕੇ ਚੜਾ ਕੇ ਵੀ ਲੈ ਜਾਂਦਾ ਸੀ ਕੋਈ ਗਮਾਨ ਨਹੀਂ ਸੀ ਉਹਦੇ ਕੋਲ ਪਿੰਡ ਵਾਸੀਆਂ ਨਾਲ ਬਜ਼ੁਰਗਾਂ ਨਾਲ ਚਾਚਿਆਂ ਨਾਲ ਤਾਇਿਆਂ ਨਾਲ ਭਾਈਆਂ ਨਾਲ ਸ਼ੁਭਦੀਪ ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਦੇ ਕਰਦੇ ਸਾਨੂੰ ਦੇਖ ਕੇ ਇੱਕ ਹੋਰ ਨੌਜਵਾਨ ਸਾਡੇ ਨਾਲ ਜੁੜੇ ਆ ਉਹਨਾਂ ਦਾ ਹੀ ਮਨ ਦਾ ਵੀ ਇੱਕ ਬਲਬਲਾਓ ਕਹਿੰਦੇ ਮੈਂ ਵੀ ਸਿੱਧੂ ਮੂਸੇਵਾਲੇ ਦੇ ਸਬੰਧ ਚ ਦੋ ਲਾਈਨਾਂ ਜਾਂ ਦੋ ਗੱਲਾਂ ਕਹਿਣੀਆਂ ਚਾਹੁੰਦਾ ਵੀਰ ਜੀ ਕਿ ਤੁਹਾਡਾ ਕਿਹੜਾ ਪਿੰਡ ਆ ਤੇ ਕਿਵੇਂ ਤੁਸੀਂ ਅੱਜ ਇੱਧਰ ਆਇਓ ਪਿੰਡ ਮੇਰਾ ਵੀਰ ਜੀ ਕਰਮਗੜ੍ਹ ਉਤੋਂ ਵਾਲੀ ਆ ਨਾਲ ਹੀ ਲੱਗ ਕੇ ਪਿੰਡ ਆ ਸਾਡਾ ਮਤਲਬ ਬਹੁਤ ਚਿਹਤਾ ਗੈਕਸੀ ਇਹ ਬਹੁਤ ਚੰਗਾ ਮੁੰਡਾ ਸੀ ਇਹਦੇ ਪਰਿਵਾਰ ਬਾਰੇ ਤੁਸੀਂ ਸੁਣਿਆ ਹੋਣਾ ਬਜ਼ੁਰਗਾਂ ਦਾ ਦੇਖਿਆ ਹੋਣਾ ਬਹੁਤ شریف ਪਰਿਵਾਰ ਹੈ ਇਹਦਾ ਬਹੁਤ ਹੀ ਦੁੱਖ ਲਗਾ ਇਹਦੇ ਜਾਣ ਦਾ ਬਸ ਥੋੜਾ ਜਜ਼ਬਾਤੀ ਹੋ ਜਾਂਦਾ ਮਨ ਇਹੋ ਜੀਆਂ ਗੱਲਾਂ ਸੁਣ ਕੇ ਤਾਂ ਕਰਕੇ ਮੇਰਾ ਦਿਲ ਕੀਤਾ ਮੈਂ ਜਾ ਰਿਹਾ ਸੀ ਕਿ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਮੈਂ ਕੱਲ ਵੀ ਮੈਂ ਇਥੋਂ ਦੀ ਲੰਘਿਆ ਸੀ ਬੜਾ ਹੀ ਉਦਾਸ ਮਾਹੌਲ ਹੈ ਮੂਸੇ ਪਿੰਡ ਦਾ ਇਸ ਪਿੰਡ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਜਿਹੜਾ ਮੈਂ ਤੁਹਾਨੂੰ ਦੋ ਲਾਈਨਾਂ ਰਾਹੀਂ ਸੁਣਾ ਦਿੰਦਾ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਜਿਹੜਾ ਕਹਿੰਦਾ ਮੈਥੋਂ ਬਿਨਾ ਕੋਈ ਨਹੀਂ ਜਹਾਨ ਵਿੱਚ ਅੱਜ ਦੇਖੋ ਰਾਖਵਣ ਪਿਆ ਸ਼ਮਸ਼ਾਨ ਵਿੱਚ ਦੇਖਦੀ ਤਮਾਸ਼ਾ ਉਹਦੇ ਢੀੜੀ ਆਸ-ਪਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਰਸ਼ੀਆਂ ਨ ਟੈਂਕਾਂ ਜਹੇ ਕਹਿੰਦਾ ਮੇਰੇ ਯਾਰ ਨੇ ਏਕ 47 ਜੈ ਖਿਡਾਉਣੇ ਵੇਸ਼ਮਾਰ ਨੇ ਅੰਤ ਸਮੇ ਅੱਗੇ ਦੇਖੋ ਚੱਲਦੀ ਨਾ ਪਾਸ ਦੇਖੀ ਇੱਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਅੱਜ ਮੂਸੇ ਪਿੰਡ ਵਾਲੀ ਹਵਾ ਮੈਂ ਉਦਾਸ ਦੇਖੀ ਇਕ ਆਸ਼ਵੰਤੀ ਮਾਤਾ ਬੜੀ ਉਦਾਸ ਦੇਖੀ ਧੰਨਵਾਦ ਭਾਈ ਜੀ ਐਨੇ ਦੋ ਬੋਲਸੀ ਮੇਰੇ ਇਸ ਪਿੰਡ ਦੀ ਹਵਾ ਨੂੰ ਦੇਖ ਕੇ ਮਨ ਦਾ ਇੱਕ ਬਲਬਲਾ ਪੁਰਨਾ ਆਇਆ ਇੱਕ ਛੋਟੇ ਨਾਲ ਸਾਂਝਾ ਕੀਤਾ ਮਿਹਰਬਾਨੀ ਅੰਨੇ ਇਸ ਧਰਤੀ ਤੇ ਆਣਾ ਆ ਉਹਨੇ ਇੱਕ ਦਿਨ ਜਾਣਾ ਵੀ ਆ ਗੱਲ ਜਾਣਦੀ ਨਹੀਂ ਹੈ ਕਿ ਗੱਲ ਹੈਗੀ ਆ ਬੇਵਕਤੀ ਮੌਤ ਦੀ ਔਰ ਮੌਤ ਵੀ ਜਿਹੜੀ ਦਿੱਤੀ ਗਈ ਆ ਸਿੱਧੂ ਮੂਸੇਵਾਲੇ ਨੂੰ ਉਹ ਮੌਤੋਂ ਇਸ ਵਕਤ ਸਾਰਾ ਆਲਮ ਪੰਜਾਬੀ ਭਾਈਚਾਰਾ ਕੀ ਹੋਰ ਦੁਨੀਆ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਉਹ ਲੋਕ ਇਸ ਗੱਲ ਤੋਂ ਦੁਖੀ ਹਨ ਕਿ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਸਿੱਧੂ ਮੂਸੇਵਾਲਾ ਨਹੀਂ ਸੀ ਜਿਸ ਤਰ੍ਹਾਂ ਦੇ ਘਟਨਾਕਰਮ ਦੇ ਵਿੱਚ ਉਹਨੂੰ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਆ ਪਿੰਡ ਇਸ ਵੇਲੇ ਪੂਰਾ ਮਾਤਮ ਸ਼ਾਇਆ ਹੋਇਆ ਹਰ ਦੇ ਚਿਹਰੇ ਦੇ ਉੱਤੇ ਇੱਕ ਗੰਭੀਰ ਲੀਕ ਖਿੱਚੀ ਹੋਈ ਨਜ਼ਰ ਆ ਰਹੀ ਆ ਉਸ ਨਜ਼ਰ ਆਉਂਦੀ ਹੋਈ ਲੀਕ ਦੇ ਵਿੱਚ ਉਹਨਾਂ ਦਾ ਬਿਆਨ ਆ ਕਿ ਜੇਕਰ ਮੂਸੇਵਾਲ ਨੂੰ ਕੋਈ ਜਾਣਦਾ ਸੀ ਤੇ ਉਹ ਸਿੱਧੂ ਮੂਸੇਵਾਲ ਅਰਥਾਤ ਸ਼ੁਭਦੀ ਮੂਸੇਵਾਲ ਦੇ ਨਾਂ ਤੇ ਜਾਣਦਾ ਸੀ ਅੱਜ ਤੋਂ ਬਾਅਦ ਇਹ ਸਾਡੇ ਪਿੰਡ ਦੀ ਜਿਹੜੀ ਉਹ ਪਛਾਣ ਜਿਹੜੀ ਆ ਉਸ ਦੇ ਨਾਲ ਹੀ ਜੁੜੀ ਰਹੂਗੀ ਤੇ ਉਸ ਤੋਂ ਬਾਅਦ ਸਾਨੂੰ ਲੱਗ ਨਹੀਂ ਰਿਹਾ ਇਸ ਵਕਤ ਇਹਨਾਂ ਦਾ ਮੰਨਣਾ ਆ ਕਿ ਇਦਾਂ ਦਾ ਕੋਈ ਹੋਰ ਇਨਸਾਨ ਜਿਹੜਾ ਆ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਊਗਾ ਪਰ ਜਿਹੜੀ ਸ਼ੁਭਦੀਪ ਦੀ ਘਾਟ ਆ ਜਿੱਥੇ ਸਮਾਜ ਨੂੰ ਆ ਪਰਿਵਾਰ ਨੂੰ ਆ ਪੂਰੀ ਦੁਨੀਆ ਚ ਪੰਜਾਬੀ ਪ੍ਰੇਮੀਆਂ ਨੂੰ ਆ ਉੱਥੇ ਸਭ ਤੋਂ ਵੱਡੀ ਘਾਟ ਜਿਹੜੀ ਇਸ ਵਕਤ ਪਿੰਡ ਮੂਸਾ ਦੇ ਲੋਕ ਜਿਹੜੇ ਉਹ ਮਹਿਸੂਸ ਕਰ ਰਹੇ ਨੇ ਦੇਖਦੇ ਆ ਕਿ ਥੋੜੀ ਦੇਰ ਦੇ ਵਿੱਚ ਇਸ ਵਕਤ ਆ ਸੋਪਦੀਪ ਦੀ ਮਰਤਕ ਦੇ ਹਸਪੀਟਲ ਤੋਂ ਲਿਆਂਕੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਦੇਹ ਨੂੰ ਅਗਨ ਭੇਟ ਕੀਤਾ ਜਾਵੇਗਾ ਤੇ ਪੂਰੇ ਇਸ ਵਕਤ ਮੂਸੇ ਪਿੰਡ ਦੀ ਗੱਲ ਕਰੀਏ ਤੇ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਵਿੱਚੋਂ ਅਥਰੂ ਨਾ ਨਿਕਲਦਾ ਹੋਵੇ। ਸਵਾਗਤ ਮੈਂ ਗੁਰਨਾਮ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ ਟੀਵੀ ਇਸ ਵਕਤ ਪਿੰਡ ਮੂਸਾ ਦੁਨੀਆ ਦੇ ਨਕਸ਼ੇ ਉੱਤੇ ਦੁਖਦਾਈ ਘਟਨਾ ਨੂੰ ਲੈ ਕੇ ਆਇਆ ਹੋਇਆ ਕਿਉਂਕਿ ਪੰਜਾਬ ਦੀ ਨਹੀਂ ਦੁਨੀਆ ਭਰ ਵਿੱਚ ਗੂੰਜਦੀ ਸਿੱਧੂ ਮੂਸੇਵਾਲੇ ਦੀ ਆਵਾਜ਼ ਜਦੋਂ ਪਰਸੋਂ ਸ਼ਾਮੀ ਆ ਲੋਪ ਹੋ ਗਈ ਤੇ ਅੱਜ ਉਸ ਪੰਜ ਭੂਤਕ ਸਰੀਰ ਨੂੰ ਅੱਜ ਅਗਨ ਭੇਟ ਕੀਤਾ ਜਾਣਾ ਹੈ ਤੇ ਕੱਲ ਪੋਸਟਮਾਰਟਮ ਹੋ ਚੁੱਕਾ ਹੈ ਤੇ ਅਸੀਂ ਉਸੇ ਮੂਸੇਵਾਲੇ ਦੇ ਪਿੰਡ ਵਿੱਚ ਆ ਤੇ ਤੁਸੀਂ ਦੇਖ ਰਹੇ ਕਿ ਜਿਵੇਂ ਆਮ ਪਿੰਡਾਂ ਵਰਗਾ ਇੱਕ ਪਿੰਡ ਮਾਲਵੇ ਦੇ ਵਿੱਚ ਹੁੰਦਾ ਆ ਤੇ ਸਾਡੇ ਨਾਲ ਪਿੰਡ ਦੀ ਸਾਥ ਹੈ ਇਸ ਵਕਤ ਜਿੱਦਾਂ ਸਵੀਰ ਨੂੰ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਉਹ ਪਿੰਡ ਦੇ ਲੋਕ ਉਹ ਬੈਠੇ ਨੇ ਬਜ਼ੁਰਗ ਜਿਹੜੇ ਸ਼ੁਭਦੀਪ ਸਿੰਘ ਦੇ ਬਾਪ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹਦੇ ਬਾਬੇ ਨੂੰ ਵੀ ਉਹਦੇ ਚਾਚੇ ਤਾਂ ਇਹ ਪਰਿਵਾਰ ਦੇ ਬਾਰੇ ਪਿੰਡ ਦੇ ਵਿੱਚ ਪੂਰੀ ਜਾਣੀ ਕਾ ਜਾਣਕਾਰੀ ਰੱਖਦੇ ਆ ਕੁਝ ਗੱਲਾਂ ਬਾਤਾਂ ਕਰਾਂਗੇ ਸੁਭਦੀਪ ਦੇ ਬਾਰੇ ਵੀ ਕਿਦਾਂ ਦਾ ਉਹਦਾ ਸੁਭਾਅ ਸੀ ਤਾਂ ਕਿਦਾਂ ਦਾ ਉਸ ਜਦੋਂ ਗਾਇਕੀ ਖੇਤਰ ਵਿੱਚ ਆਣ ਕੇ ਪਿੰਡ ਮੂਸਾ ਦਾ ਜਿਹੜਾ ਮਾਨਸਾ ਦਾ ਨਾਂ ਜਿਹੜਾ ਵੱਡਾ ਹੋਇਆ ਵੀਰ ਜੀ ਨਮਸਕਾਰ ਜੀ ਤੇ ਕਿਵੇਂ ਮੂਸਾ ਦਾ ਜਿਹੜਾ ਨਾਂ ਆ ਉਹ ਦੁਨੀਆ ਦੇ ਨਕਸ਼ੇ ਤੇ ਆਇਆ ਸ਼ਹਿਰ ਤੋਂ ਪਹਿਲਾਂ ਮੂਸੇ ਨੂੰ ਮਾਨਸੇ ਤੱਕ ਜਾਂ ਬਠਿੰਡੇ ਤੱਕ ਕੋਈ ਜਾਣਦਾ ਹੋਵੇ ਬੜੀ ਦੁਖਦਾਈ ਘਟਨਾ ਪਿੰਡ ਲਈ ਕਿਦਾਂ ਦੇਖ ਬਾ ਸਿੱਧੂ ਮੂਸੇ ਵਾਲਾ ਕਰਕੇ ਚੜਾਈ ਆ ਜੀ ਕੋਈ ਨਹੀਂ ਜਾਣਦਾ ਸੀ ਪਹਿਲਾਂ ਮੂਸੇ ਨੂੰ ਸਿੱਧੂ ਮੂਸੇ ਵਾਲਾ ਨੇ ਇਹੋ ਜਿਹਾ ਨਾਂ ਚਮਕਾਇਆਗਾ ਸਾਰੀ